ਸਤਿਗੁਰ ਕੀ ਜੋ ਬਾਸਨਾਵ ਹੈ ਉਹ ਭਾਈ ਸੋ ਮੇਰਾ ਵੀਰ, ਅੱਜ ਦੇ ਪਰੋ ਪਲੋਰੇ ਕੀਰਤਨੀਆਂ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਉਹ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਤਕਰੀਬਨ ਅੱਧੀ ਸਦੀ ਤੋਂ ਵੱਧ ਆਪਣੇ ਜੀਵਨ ਵਿੱਚੋਂ ਗੁਰੂ ਦਾ ਜਸ ਗਾਇਨ ਕਰਕੇ ਸਿੱਖ ਸੰਗਤਾਂ ਨੂੰ ਗੁਰੂ ਦੇ ਉਪਦੇਸ਼ ਨਾਲ, ਗੁਰੂ ਦੀ ਉਹ ਸੋਚ ਨਾਲ, ਗੁਰੂ ਦੇ ਉਹ ਸੰਦੇਸ਼ ਨਾਲ, ਗੁਰੂ ਦੇ ਸਿਧਾਂਤ ਨਾਲ ਜੋੜਨ ਦੇ ਬਹੁਤ ਉਪਰਾਲੇ ਕੀਤੇ ਨੇ। ਅੱਜ ਅਸੀਂ ਭਲੋ ਭਲੋਰੇ ਕੀਰਤਨ ਦੇ ਸਮਾਗਮ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਗੁਰਦੁਆਰਾ ਨਾਨਕਸਰ ਐਸਨ ਜਰਮਨੀ ਦੇ ਵਿੱਚ, ਜਿੱਥੇ ਸਬੱਬੀ ਹੀ ਸਾਡੇ ਸਤਿਕਾਰਯੋਗ ਭਾਈ ਸਾਹਿਬ ਹੋਣੀ ਸਾਡੇ ਨਾਲ ਮੌਜੂਦ ਹਨ। ਮੈਂ ਸਭ ਤੋਂ ਪਹਿਲਾਂ ਜਿੱਥੇ ਭਾਈ ਸਾਹਿਬ ਉਹਨਾਂ ਨੂੰ ਫਤਿਹ ਬੁਲਾਉਂਦਾ, ਉੱਥੇ ਜੋ ਸਿੱਖ ਚੈਨਲ ਨੂੰ ਦੇਖ ਰਹੀਆਂ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਹੈ, ਇਸ ਪ੍ਰੋਗਰਾਮ ਦੇ ਵਿੱਚ ਭਲੋ ਭਲੋਰੇ ਕੀਰਤਨੀਆਂ ਦੇ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਜਾਣੀ ਪਛਾਣੀ ਸ਼ਖਸੀਅਤ ਭਾਈ ਸਾਹਿਬ ਭਾਈ ਚਮਨਜੀਤ ਸਿੰਘ ਜੀ ਲਾਲ, ਜੋ ਇਸ ਯੂਰਪ ਦੇ ਟੂਰ ਦੇ ਵਿੱਚ ਦੋ ਦਿਨਾਂ ਵਾਸਤੇ ਸਾਡੇ ਕੋਲ ਆਏ ਹੋਏ ਹਨ। ਕੱਲ੍ਹ ਦਾ ਜੋ ਸਮਾਗਮ ਸੀ ਸੰਗਤਾਂ ਦੇ ਖਚਾ ਖਚ ਭਰੇ ਉਸ ਹਾਲ ਦੇ ਵਿੱਚ, ਅਤੇ ਅੱਜ ਦਾ ਸੋ ਅਖੀਰਲਾ ਸਮਾਗਮ ਹੈ, ਅੱਜ ਐਤਵਾਰ ਦਾ ਸਮਾਗਮ ਇਸ ਗੁਰਦੁਆਰਾ ਨਾਨਕਸਰ ਐਸਨ ਜੋ ਜਰਮਨੀ ਦੇ ਵਿੱਚ ਹੈ, ਉਸ ਦੇ ਵਿੱਚ ਸੰਗਤਾਂ ਨੂੰ ਇਹ ਕੀਰਤਨਾ ਨਿਹਾਲ ਕਰਨਗੇ। ਅੱਜ ਸਾਡੇ ਨਾਲ ਮੌਜੂਦ ਹਨ ਇਸ ਐਸਨ ਗੁਰੂ ਘਰ ਦੇ ਵਿੱਚ ਭਾਈ ਸਾਹਿਬ ਜੀ, ਜਿੱਥੇ ਅਸੀਂ ਤੁਹਾਨੂੰ ਜੀ ਆਖਦੇ ਹਾਂ, ਉੱਥੇ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਵੀ ਆਪਾਂ ਸਾਂਝੇ ਰੂਪ ਵਿੱਚ ਫਤਿਹ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਇਹ ਅੱਜ ਦਾ ਜੋ ਪ੍ਰੋਗਰਾਮ ਹੈ, ਸਾਡੇ ਸਤਿਕਾਰਯੋਗ ਵੀਰ ਡਾਕਟਰ ਸਾਹਿਬ ਸਿੰਘ ਹੋਣਾ ਜੀ ਦਾ ਸੀ ਇਹ ਪ੍ਰੋਗਰਾਮ, ਕਿਸੇ ਵਜ੍ਹਾ ਕਰਕੇ ਉਹਨਾਂ ਦੇ ਨਾ ਆਉਣ ਕਰਕੇ ਇਸ ਪ੍ਰੋਗਰਾਮ ਨੂੰ ਦਸ ਦੀ ਇੱਕ ਡਿਊਟੀ ਲੱਗੀ ਹੈ ਇਸ ਪ੍ਰੋਗਰਾਮ ਨੂੰ, ਭਾਵੇਂ ਮੈਂ ਇਸਦੇ ਯੋਗ ਨਹੀਂ ਇਸ ਪ੍ਰੋਗਰਾਮ ਨੂੰ ਸੰਗਤਾਂ ਦੇ ਰੂਬਰੂ ਕਰ ਸਕੀਏ, ਕਿਉਂਕਿ ਸਿੱਖ ਚੈਨਲ ਦਾ ਮਕਸਦ ਹੀ ਇਹੀ ਹੈ, ਸਿੱਖੀ ਦੀ ਗੱਲ, ਗੁਰੂ ਨਾਨਕ ਦਾ ਸੁਨੇਹਾ ਹਰ ਸਿੱਖ ਦੇ ਹਿਰਦੇ ਤੱਕ ਪਹੁੰਚਾਉਣਾ ਇਹ ਸਿੱਖ ਚੈਨਲ ਨੇ ਆਪਣਾ ਫਰਜ਼ ਸਮਝਿਆ ਅਤੇ ਨਿਭਾ ਰਿਹਾ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ, ਜਿੱਥੇ ਤੁਹਾਨੂੰ ਅਸੀਂ ਜਰਮਨ ਦੇ ਵਿੱਚ ਜੀ ਆਖਦੇ ਹਾਂ, ਉੱਥੇ ਤੁਹਾਡਾ ਧੰਨਵਾਦ, ਤੁਸੀਂ ਆਪਣੇ ਬੜੇ ਹੀ ਰਜੇਵੇਂ ਭਰੇ ਸਮੇਂ ਵਿੱਚੋਂ ਸਮਾਂ ਦੇ ਕੇ ਜਿੱਥੋਂ ਜਰਮਨ ਦੇ ਸਿੱਖ ਸੰਗਤਾਂ ਨੂੰ ਤੁਸੀਂ ਗੁਰੂ ਦੇ ਉਪਦੇਸ਼ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਅੱਜ ਤੁਸੀਂ ਸਿੱਖ ਚੈਨਲ 'ਤੇ ਤੁਹਾਨੂੰ ਜੀ ਆਇਆਂ ਆਖਦੇ ਹਾਂ। ਅੱਜ ਵੀ ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਯੂਰਪ, ਕਨੇਡਾ, ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਇੰਟਰਨੈੱਟ ਦੇ ਰਾਹੀਂ ਪੂਰੀ ਦੁਨੀਆ ਵਿੱਚ ਹੀ, ਇੰਡੀਆ ਵਿੱਚ ਵੀ ਦੇਖਿਆ ਜਾ ਰਿਹਾ ਹੈ। ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿੱਥੇ ਤੁਹਾਨੂੰ ਜੀ ਆਇਆਂ ਕਰਦੇ ਹਾਂ, ਉੱਥੇ ਤੁਹਾਡੇ ਨਾਲ ਕੁਝ ਤੁਹਾਡੇ ਜੀਵਨ ਵਿੱਚ ਹੋਈਆਂ ਗੱਲਾਂ ਬਾਤਾਂ, ਗੁਰੂ ਦੇ ਉਪਦੇਸ਼, ਗੁਰੂ ਦੀਆਂ ਬਖਸ਼ਿਸ਼ਾਂ, ਤੁਸੀਂ ਸੰਗਤਾਂ ਨੂੰ ਇਸ ਪਾਸੇ ਜੋੜਿਆ, ਉਹਦੇ ਵਾਸਤੇ ਅਸੀਂ ਤੁਹਾਡੇ ਅੱਤ ਰਿਣੀ ਹਾਂ। ਸਭ ਤੋਂ ਪਹਿਲਾਂ ਤੁਹਾਡੇ ਕੋਲ ਅਸੀਂ ਇਹ ਪੁੱਛਣਾ ਚਾਹਾਂਗੇ, ਆਪ ਜੀ ਦਾ ਬਚਪਨ ਜਿਹੜਾ ਜਨਮ ਕਿੱਥੇ ਹੋਇਆ ਅਤੇ ਕਿਸ ਜਗ੍ਹਾ ਪਰ ਹੋਇਆ ਜੀ? ਸ਼੍ਰੀ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਡਾ ਦਾਸ ਦਾ ਸਾਰਾ ਹੀ ਪਰਿਵਾਰ, ਜੋ ਪਿੱਛੋਂ ਅਸਾਂ ਪਿਸ਼ਾਵਰ ਦੇ ਰਹਿਣ ਵਾਲੇ, ਜਦੋਂ ਪਾਕਿਸਤਾਨ ਬਣਿਆ ਅਤੇ ਸਾਰਾ ਪਰਿਵਾਰ ਦਿੱਲੀ ਆਏ, ਦਿੱਲੀ ਆਏ ਤਾਂ ਉੱਥੇ ਪਿੱਛੋਂ ਸਾਰਾ ਹੀ ਪਰਿਵਾਰ ਗੁਰੂ ਘਰ ਨਾਲ ਜੁੜਿਆ ਸੀ। ਭਾਵੇਂ ਸਾਡਾ ਸਾਰਾ ਹੀ ਪਰਿਵਾਰ ਸਹਿਤਾਰੀ ਪਰਿਵਾਰ, ਪਰ ਸਾਡੇ ਦਾਦਾ ਜੀ, ਪਿਤਾ ਜੀ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ। ਉੱਥੇ ਬਾਬਾ ਕਰਮ ਸਿੰਘ ਸਾਹਿਬ ਹੋਤੀ ਮਰਦਾਨ ਵਾਲਿਆਂ ਦੀ ਸਾਡੇ ਪਰਿਵਾਰ ਨੂੰ ਸੰਗਤ ਪ੍ਰਾਪਤ ਸੀ। ਜਦੋਂ ਦਿੱਲੀ ਆਏ, ਜਦੋਂ ਪਾਕਿਸਤਾਨ ਬਣਿਆ, ਦਿੱਲੀ ਆ ਗਿਆ ਪਰਿਵਾਰ ਸਾਰਾ, ਇੱਥੇ ਸੰਤ ਬਾਬਾ ਸੁਜਾਨ ਸਿੰਘ ਜੀ, ਬਾਬਾ ਨੰਦ ਸਿੰਘ ਮਹਾਰਾਜ ਜੀ ਦੇ ਜੋ ਕੀਰਤਨੀਏ ਸਨ, ਉਹਨਾਂ ਦੀ ਸੰਗਤ ਨਾਲ ਪਰਿਵਾਰ ਨੂੰ ਦਾਸ ਦੇ ਪਿਤਾ ਜੀ ਨੂੰ ਲੱਗਣ ਲੱਗੀ, ਮਾਤਾ ਜੀ ਨੂੰ ਹੋਰ ਵਧੇਰੀ ਲੱਗਣ ਲੱਗ ਗਈ, ਸਾਡੇ ਦਾਦਾ ਜੀ ਜਿਨ੍ਹਾਂ ਨੂੰ ਗੁਰਬਾਣੀ ਬਹੁਤ ਕੰਠ ਸੀ, ਪਿਤਾ ਜੀ ਵੀ ਬਚਪਨ ਤੋਂ ਹੀ ਨਾਲੇ ਕਾਰੋਬਾਰ ਕਰਨਾ ਅਤੇ ਨਾਲ ਗੁਰੂ ਕਾ ਜਸ ਕੀਰਤਨ ਕਰਨਾ, ਅਤੇ ਦਾਸ ਨੂੰ ਵੀ ਪਿਤਾ ਜੀ ਦੇ ਅਸੀਸ ਪ੍ਰਾਪਤ ਹੈ, ਮਾਤਾ ਜੀ ਦੀ ਅਸੀਸ ਪ੍ਰਾਪਤ ਹੈ, ਫਿਰ ਸੰਤ ਬਾਬਾ ਸੁਜਾਨ ਸਿੰਘ ਜੀ ਦੀ ਸੰਗਤ ਪ੍ਰਾਪਤ ਹੋਈ, ਜਿਨ੍ਹਾਂ ਦੀ ਸੰਗਤ ਨਾਲ ਇਹ ਕੀਰਤਨ ਦਾ ਰੰਗ ਲੱਗਾ, ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਉਹਨਾਂ ਦੀ ਕਿਰਪਾ ਅਸੀਸ ਨਾਲ, ਉਹਨਾਂ ਦੀ ਬਹੁਤ ਪਿਆਰ ਜੀਵਨ ਵਿੱਚ ਦਾਸ ਨੂੰ ਮਿਲਿਆ, ਅਤੇ ਦਾਸ ਸਾਰੀ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦਾ ਧੰਨਵਾਦ ਕਰਦਾ, ਅਸੀਂ ਇਸ ਲਾਇਕ ਵੀ ਨਹੀਂ ਹਾਂ ਜਿਤਨਾ ਗੁਰੂ ਨਾਨਕ ਦੀਆਂ ਸੰਗਤਾਂ ਨੇ
ਦਾਸਾਂ ਨੂੰ ਪਿਆਰ ਬਖਸ਼ਿਆ ਦੇਸਾਂ ਪ੍ਰਦੇਸਾਂ ਵਿਦੇਸਾਂ ਵਿੱਚ। ਇਹ ਜੋ ਆਪ ਜੀ ਦਾ ਪਲੋ ਪਲੋ ਰੇ ਕੀਰਤਨੀਆਂ ਸਮਾਗਮ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਤਾਂ ਪਲੋ ਪਲੋ ਰੇ ਕੀਰਤਨੀਆਂ, ਇਹ ਕੀਰਤਨੀਆਂ ਉਹ ਹੀ ਹਨ ਜਿਸ ਤਰ੍ਹਾਂ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ ਪਲੋ ਪਲੋ ਰੇ ਕੀਰਤਨੀਆਂ, ਇਹ ਐਸੇ ਕੀਰਤਨੀਏ ਸੰਤ ਬਾਬਾ ਸੁਜਾਨ ਸਿੰਘ ਮਹਾਰਾਜ ਜੀ, ਐਸੇ ਕੀਰਤਨੀਏ ਪਲੋ ਪਲੋ ਰੇ ਕੀਰਤਨੀਏ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਇਹ ਐਸੇ ਜੋ ਮਹਾਂਪੁਰਖ ਬਾਬਾ ਸ਼ਾਮ ਸਿੰਘ ਜੀ, ਜੋ ਇਹ ਐਸੇ ਪਲੋ ਪਲੋ ਰੇ ਕੀਰਤਨੀ ਹੋਏ ਨੇ, ਅਸੀਂ ਤਾਂ ਉਹਨਾਂ ਕੀਰਤਨੀਆਂ ਦੀ ਚਰਨ ਧੂੜ ਵੀ ਨਹੀਂ ਹਾਂ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਕੀਰਤਨ ਕਰਨ ਵਾਲਿਆਂ ਨੂੰ ਬੜਾ ਨਿਵਾਜਿਆ ਸਤਿਕਾਰਿਆ, ਅਤੇ ਦਾਸ ਸਾਰੀਆਂ ਸੰਗਤਾਂ ਦਾ ਜੋ ਇਹ ਸਮਾਗਮ ਨੂੰ ਦੇਖ ਰਹੀਆਂ ਅਸੀਸ ਕਰਨ ਕਿ ਜੋ ਗੁਰੂ ਦੇ ਚਰਨਾਂ ਨਾਲ ਸਾਡੀ ਇਹ ਕੀਰਤਨ ਦੁਆਰਾ ਸੰਗਤ ਦੇ ਚਰਨਾਂ ਨਾਲ ਸਾਂਝ ਪਈ ਹੈ, ਇਹ ਅਖੀਰਲੇ ਸਵਾਸਾਂ ਤੱਕ ਨਿਭ ਜਾਵੇ। ਭਾਈ ਸਾਹਿਬ ਜੀ, ਤੁਸੀਂ ਜਿਹੜਾ ਬਚਪਨ ਤੁਹਾਡਾ, ਬਚਪਨ ਪਾਕਿਸਤਾਨ ਵਿੱਚ ਤੁਹਾਡਾ ਜਨਮ ਹੋਇਆ ਜਾਂ ਤੁਸੀਂ ਤੁਹਾਡਾ ਜਨਮ ਜੋ ਹਿੰਦੁਸਤਾਨ ਦਾ? ਸਾਡਾ ਜਨਮ ਦਿੱਲੀ ਵਿੱਚ ਹੋਇਆ, ਹਿੰਦੁਸਤਾਨ ਦੇ ਵਿਚਕਾਰ। ਤੁਹਾਡੇ ਬਜ਼ੁਰਗ 1947 ਵਿੱਚ, ਉਸ ਤੋਂ ਜੋ ਪਾਰਟੀਸ਼ਨ ਹੈ ਉਹ ਤੋਂ ਬਾਅਦ ਜਿਹੜੇ ਨੇ ਇੱਧਰ ਆਏ ਨੇ, ਤੁਹਾਡਾ ਦੁਨਿਆਵੀ ਵਿੱਦਿਆ ਜਿਵੇਂ ਤੁਸੀਂ ਕਿੱਥੇ ਤੱਕ ਪ੍ਰਾਪਤ ਕੀਤੀ? ਦੁਨਿਆਵੀ ਵਿੱਦਿਆ ਅਸੀਂ ਇੱਥੇ ਦਿੱਲੀ ਵਿਚਕਾਰ ਹੀ ਆਪਣਾ ਪ੍ਰਾਪਤ ਕੀਤੀ ਹੈ ਜੀ। ਜਿਹੜੇ ਗੁਰੂ ਦੇ ਜੋ ਜਸ ਜੋ ਇਸ ਲਾਈਨ 'ਤੇ ਤੁਸੀਂ ਪਏ ਹੋ, ਇਹ ਤੁਹਾਨੂੰ ਤੁਸੀਂ ਜਦੋਂ ਸ਼ੁਰੂ ਵਿੱਚ ਇਹ ਕਦੋਂ ਸ਼ੁਰੂ ਕੀਤੀ, ਸਕੂਲ ਵਿੱਚ ਜਾਂ ਗੁਰੂ ਘਰ ਵਿੱਚ ਕਦੋਂ ਤੋਂ ਤੁਸੀਂ ਇਹ ਵਿੱਦਿਆ ਜਿਹੜੀ ਹੈ ਇਹ ਹਾਸਲ ਲੈਣਾ ਤੁਹਾਡਾ ਮਨ ਬਣਿਆ, ਝੁਕਾਅ ਤੁਹਾਡਾ ਇਸ ਤਰ੍ਹਾਂ ਕਿੱਧਰ ਨੂੰ ਆਇਆ, ਕਿਸ ਤਰ੍ਹਾਂ ਆਇਆ? ਸਾਡਾ ਸਾਰਾ ਹੀ ਪਰਿਵਾਰ, ਮੇਰੇ ਪਿਤਾ ਜੀ ਕੀਰਤਨ ਕਰਦੇ ਸਨ, ਅਸੀਂ ਉਹਨਾਂ ਕੋਲ ਹੀ ਬਹਿ ਕੇ ਨਾਲ ਕੀਰਤਨ ਕਰਨਾ, ਜਸ ਕਰਨਾ। ਤਕਰੀਬਨ 9 ਸਾਲ ਦੀ ਉਮਰ ਸੀ, ਫਿਰ 10 ਜਦੋਂ ਕਲਾਸ ਵਿੱਚੋਂ ਪਾਸ ਹੋਇਆ ਅਤੇ ਮੈਨੂੰ ਪਿਤਾ ਜੀ ਕਹਿਣ ਲੱਗੇ ਤੈਨੂੰ ਕੀ ਚਾਹੀਦਾ, ਮੈਨੇ ਕਿਹਾ ਜੀ ਮੈਨੂੰ ਵਾਜਾ ਲੈ ਦਿਓ, ਮੈਂ ਕੀਰਤਨ ਕਰਨਾ। ਅਤੇ ਤਕਰੀਬਨ 43 ਸਾਲ ਹੋ ਗਏ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਜੋੜੇ ਚਾੜਦੇ ਹੋਏ ਜੀ। ਅਸਲੀਅਤ ਇਹ ਹੈ, ਜਿਸ ਤਰ੍ਹਾਂ ਦਾ ਘਰ ਦਾ ਮਾਹੌਲ ਹੋਵੇ, ਬੱਚੇ ਦੇ ਮਨ ਦੇ ਵਿੱਚ ਉਹੀ ਗੱਲਾਂ ਬਾਤਾਂ, ਉਸ ਤਰ੍ਹਾਂ ਦਾ ਮਾਹੌਲ ਹੀ ਸਿਰਜਿਆ ਜਾਂਦਾ ਹੈ। ਭਾਈ ਸਾਹਿਬ ਹੁਣ ਦੇ ਪਰਿਵਾਰ ਦਾ ਜੋ ਮਾਹੌਲ ਸੀ ਉਹ ਗੁਰੂ ਨਾਨਕ ਪਾਤਸ਼ਾਹ ਦੇ ਉਸ ਸਿਧਾਂਤ ਵਿੱਚ ਰੰਗਿਆ ਹੋਇਆ ਸੀ, ਜਿਸ ਸਿਧਾਂਤ ਵਿੱਚ ਖੁਦ ਆਪ ਰੰਗੇ ਗਏ ਅਤੇ ਗੁਰੂ ਨਾਨਕ ਨਾਂ ਲੇਵਾ ਸੰਗਤ ਨੂੰ ਉਹ ਆਪਣੇ ਉਸ ਸਮੇਂ ਵਿੱਚ ਜੋ ਅੱਜ ਕੀਰਤਨ ਰਾਹੀਂ ਪਿਛਲੇ 40 ਸਾਲ ਤੋਂ 45 ਸਾਲ ਤੋਂ ਜੋ ਸੇਵਾ ਕਰ ਰਹੇ ਹਨ ਉਹ ਕੀਰਤਨ ਰਾਹੀਂ ਰੰਗ ਰਹੇ ਹਨ। ਭਾਈ ਸਾਹਿਬ ਜੀ, ਜਦੋਂ ਤੁਸੀਂ ਇਹ ਲਾਈਨ ਚੁਣੀ, ਤੁਸੀਂ ਅਚਨਚੇਤ ਚੁਣੀ ਜਾਂ ਤੁਹਾਡੀ ਲਗਨ ਨੇ ਚੁਣੀ? ਇਹ ਮੈਂ ਤਾਂ ਕਹਿੰਦਾ ਇਹ ਕਿਰਪਾ ਹੋਈ ਹੈ ਗੁਰੂ ਨਾਨਕ ਸਾਹਿਬ ਦੀ, ਅਸੀਂ ਇਸ ਲਾਇਕ ਨਹੀਂ ਹੈ, ਕਿਉਂਕਿ ਕੀਰਤਨ ਦੀ ਦਾਤ ਬੜੀ ਵੱਡੀ ਹੈ। ਕੀਰਤਨ ਨਿਰਮੋਲਕ ਹੀਰਾ, ਇਹ ਨਿਰਮੋਲਕ ਹੀਰਾ ਹੈ, ਤਾਂ ਪਤਾ ਨਹੀਂ ਗੁਰੂ ਨਾਨਕ ਸਾਹਿਬ ਨੇ ਸਾਡੇ, ਮੇਰੇ ਤਾਂ ਕੋਈ ਅੱਛੇ ਕਰਮ ਨਹੀਂ ਹੈ, ਪਰ ਮੈਂ ਇਹ ਕਹਾਂਗਾ ਕਿ ਕੋਈ ਸ਼ਾਇਦ ਗੁਰੂ ਨਾਨਕ ਸਾਹਿਬ ਦੀ, ਉਹਨਾਂ ਦੇ ਮਹਾਂਪੁਰਖਾਂ ਦੀ ਮਿਹਰ ਹੋਈ ਹੈ, ਮਾਤਾ ਪਿਤਾ ਦੀ ਅਸੀਸ ਹੋਈ ਹੈ ਕਿ ਸਾਧ ਸੰਗਤ ਜੀ ਦੀ ਅਸੀਸ ਨਾਲ ਇਹ ਦਾਤ ਕੀਰਤਨ ਦੀ ਗੁਰੂ ਨਾਨਕ ਸਾਹਿਬ ਨੇ ਝੋਲੀ ਵਿੱਚ ਪਾਈ ਹੈ। ਭਾਈ ਸਾਹਿਬ ਜੀ, ਜਿਸ ਤਰ੍ਹਾਂ ਆਪਾਂ ਆਮ ਦੁਨਿਆਵੀ ਹਾਲਾਤਾਂ ਵਿੱਚ ਦੇਖਦੇ ਹਾਂ, ਕੀਰਤਨੀਏ ਗੁਰੂ ਘਰ ਦੇ ਗ੍ਰੰਥੀਆਂ ਦਾ ਭਾਵੇਂ ਸੰਗਤ ਦੇ ਗੁਰੂ ਘਰ ਵਿੱਚ ਬਹੁਤ ਵੱਡਾ ਮਾਣ ਹੈ, ਪਰ ਬਾਹਰ ਇਸ ਜੋ ਕਿੱਤਾ ਕਹਿ ਲਈਏ, ਇਸ ਭਾਵ ਨੂੰ, ਇਸ ਜੋ ਪਦਵੀ ਹੈ, ਪਦਵੀ ਤਾਂ ਬਹੁਤ ਵੱਡੀ ਹੈ। ਹੁਣ ਤੁਹਾਨੂੰ ਸਾਰਾ ਕੁਛ ਇਹ ਮਹਿਸੂਸ ਹੁੰਦਾ, ਸਾਨੂੰ ਵੀ ਇਹ ਗੱਲ ਮਹਿਸੂਸ ਹੁੰਦੀ ਹੈ ਵੀ ਜਿਹੜਾ ਗੁਰੂ ਦਾ ਜਸ ਗਹਿਣ ਕਰਦਾ ਹੈ, ਗੁਰੂ ਆਪਣੇ ਵੱਲੋਂ ਝੋਲੀਆਂ ਬਿਲਕੁਲ ਭਰ ਕੇ ਦਿੰਦਾ ਦੇ ਲੈਂਦੇ ਥੱਕ ਪਾਏ ਵਾਲੀ ਗੱਲ ਹੈ। ਅਤੇ ਜਦੋਂ ਤੁਸੀਂ ਇਹ ਸ਼ੁਰੂ ਕੀਤਾ, ਇਸ ਨੂੰ ਤੁਸੀਂ ਚੁਣਿਆ, ਕੀ ਤੁਹਾਨੂੰ ਇਹ ਮਹਿਸੂਸ ਨਹੀਂ ਹੋਇਆ ਵੀ ਇੱਕ ਕੀਰਤਨੀ ਆ, ਆਪਣਾ ਪਰਿਵਾਰਕ ਜੀਵਨ ਮੈਂ ਕਿਸ ਤਰ੍ਹਾਂ ਬਤੀਤ ਕਰਾਂਗਾ, ਇਨਕਮ ਦਾ ਸਾਧਨ ਕੀ ਹੋਵੇਗਾ, ਇਸ ਤਰ੍ਹਾਂ ਦੀ ਕੋਈ ਮਨ ਦੇ ਵਿੱਚ ਗੱਲ? ਬੇਨਤੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਚਨ ਹੈ, ਸੱਚੇ ਪਾਤਸ਼ਾਹ ਆਪ ਕਹਿੰਦੇ ਹੈ, ਜੋ ਸੰਸਾਰ ਦੇ ਵਿਚਕਾਰ ਆਇਆ ਅਤੇ ਉਹਦੀ ਪ੍ਰਤਿਪਾਲਨਾ ਪਰਮੇਸ਼ਰ ਨੇ ਕਰਨੀ ਹੈ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਰੱਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਅਧਾਰ। ਜਦੋਂ ਪਰਮੇਸ਼ਰ ਕੀੜੀਆਂ ਨੂੰ ਪਾਲ ਰਿਹਾ, ਅਕਿਰਤ ਗਣਾਂ ਨੂੰ ਪਾਲ ਰਿਹਾ, ਅਤੇ ਆਪਣੇ ਕੀਰਤਨੀਆਂ ਨੂੰ ਕਿਉਂ ਨਹੀਂ ਪਾਲੇਗਾ? ਉਹਨਾਂ ਦੀ ਪਾਲਣਾ ਉਹ ਕਰੇਗਾ। ਮਹਾਰਾਜ ਸੰਤ ਸੁਜਾਨ ਸਿੰਘ ਜੀ ਨੂੰ ਜਦੋਂ ਬਾਬਾ ਆਨੰਦ ਸਿੰਘ ਜੀ ਨੇ ਕੀਰਤਨ ਦੀ ਦਾਤ ਬਖਸ਼ੀ, ਤਾਂ ਬਾਬਾ ਜੀ ਨੇ ਇਹੀ ਕਿਹਾ ਸੀ ਕਿ ਕੀਰਤਨ ਗੁਰੂ ਨਾਨਕ ਅੱਗੇ ਕਰੀ, ਗੁਰੂ ਗੁਰੂ ਨਾਨਕ ਨੂੰ ਸਮਝੀ, ਸਦਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨਾ ਅਤੇ ਸੰਗਤ ਨੂੰ ਵਿਚਕਾਰ ਰਹਿ ਕੇ ਨਿਮਰਤਾ ਵਿਚਕਾਰ ਜੀਵਨ ਬਤੀਤ ਕਰਨਾ, ਅਤੇ ਕੋਈ ਕਮੀ ਨਹੀਂ ਰਹੇਗੀ। ਅਤੇ ਮੈਂ ਤਾਂ ਇਹੀ ਸਮਝਣਾ, ਇਹ ਸਭ ਕਿਰਪਾ
ਸੰਤ ਬਾਬਾ ਸੁਜਾਨ ਸਿੰਘ ਦੀ ਹੈ, ਅਸੀਂ ਤਾਂ ਇਸ ਲਾਇਕ ਵੀ ਨਹੀਂ ਹਾਂ ਜਿਤਨੇ ਸੁੱਖ ਗੁਰੂ ਨਾਨਕ ਸਾਹਿਬ ਨੇ ਦਿੱਤੇ ਨੇ। ਮੈਂ ਤਾਂ ਇਹ ਕਹਾਂਗਾ ਸਾਡੇ ਪਰਿਵਾਰ ਦੇ ਅੱਗੋਂ ਵੀ ਬੱਚੇ ਆਉਣ ਤਾਂ ਕੀਰਤਨ ਜ਼ਰੂਰ ਕਰਨ, ਭਾਵੇਂ ਕਾਰੋਬਾਰ ਕਰਨ ਪਰ ਕੀਰਤਨ ਜ਼ਰੂਰ ਕਰਨ, ਕਿਉਂਕਿ ਸਾਰੀਆਂ ਦਾਤਾਂ ਗੁਰੂ ਨਾਨਕ ਨੇ ਕੀਰਤਨ ਦੇ ਸਦਕੇ ਬਖਸ਼ੀਆਂ। ਭਾਈ ਸਾਹਿਬ ਜੀ, ਕੀਰਤਨ ਤੋਂ ਇਲਾਵਾ ਕੀ ਤੁਹਾਡਾ ਪਰਿਵਾਰ ਪਾਲਣ ਵਾਸਤੇ ਦੁਨਿਆਵੀ ਜਿਹੜੇ ਆਪਣੇ ਉਹਨਾਂ ਦੀ ਪੂਰਤੀ ਵਾਸਤੇ, ਸੁੱਖਾਂ ਦੀ ਪੂਰਤੀ ਵਾਸਤੇ ਕੀ ਤੁਹਾਡੇ ਹੋਰ ਕੋਈ ਕਾਰੋਬਾਰ ਹਨ, ਜਾਂ ਤੁਸੀਂ ਸਿਰਫ ਗੁਰੂ ਘਰ ਦੇ ਜੋ ਕੀਰਤਨੀ ਹੈ ਜੋ ਸੰਗਤਾਂ ਵੱਲੋਂ ਭੇਟਾ ਮਿਲਦੀ ਹੈ ਉਸ ਵਿੱਚ ਨਿਰਭਰ ਹੋ? ਆਪਣੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸਾਡੇ ਬਜ਼ੁਰਗਾਂ ਦੇ ਕਾਰੋਬਾਰ ਹਨ, ਜੋ ਦਾਸ ਤਾਂ ਨਹੀਂ ਸੰਭਾਲਦਾ ਪਰ ਬੇਟਾ ਸੰਭਾਲਦਾ ਹੈ। ਗੁਰੂ ਨਾਨਕ ਸਾਹਿਬ ਦੀ ਕਿਰਪਾ, ਉਹਨਾਂ ਨੇ ਵੱਡਿਆਂ ਨੇ ਜੋ ਦੁਕਾਨਾਂ ਹੈਗੀਆਂ ਕਾਰੋਬਾਰ ਹੈਗੇ ਨਾਲ ਉਹਨਾਂ ਦੇ ਚੱਲਦੇ ਆ, ਜੋ ਸੰਗਤਾਂ ਦੁਆਰਾ ਸੇਵਾ ਦਿੱਤੀਆਂ ਜਾਂਦੀਆਂ ਉਹ ਵੀ ਅੱਛੇ ਪਾਸੇ ਗੁਰੂ ਨਾਨਕ ਸਾਹਿਬ ਲਗਾਉਂਦਾ ਜੀ। ਭਾਈ ਸਾਹਿਬ ਜੀ, ਜਿਹੜੀ ਤੁਸੀਂ ਜੋ ਕੀਰਤਨ ਕਰਨ ਦੀ ਵਿੱਦਿਆ, ਕੀਰਤਨ ਮਤਲਬ ਬਾਜਾ ਵਜਾਉਣਾ, ਜਾਂ ਤੁਸੀਂ ਜੋ ਕੀਰਤਨ ਦੀ ਵਿੱਦਿਆ, ਇਹ ਤੁਸੀਂ ਕਿਸੇ ਵਿਸ਼ੇਸ਼ ਵਿਅਕਤੀ ਪਾਸੋਂ ਲਈ ਹੈ ਜਾਂ ਗੁਰੂ ਨੇ ਤੁਹਾਨੂੰ ਆਟੋਮੈਟਿਕ ਬਖਸ਼ਿਸ਼ ਕੀਤੀ ਹੈ? ਸਾਡੇ ਘਰ ਵਿੱਚ ਇੱਕ ਬਜ਼ੁਰਗ ਮਹਾਂਪੁਰਖ ਆਉਂਦੇ ਸਨ, ਭਾਈ ਵੀਰ ਸਿੰਘ ਜੀ, ਕੁਛ ਦਿਨਾਂ ਉਹਨਾਂ ਕੋਲੋਂ ਅਸਾਂ ਰਾਗ ਵਿੱਦਿਆ ਸਿੱਖੀ ਸੀ, ਅਤੇ ਫਿਰ ਬਾਕੀ ਅੱਗੇ ਸੰਤ ਬਾਬਾ ਸੁਜਾਨ ਸਿੰਘ ਜੀ ਦੀ ਕਿਰਪਾ, ਵੱਡੇ ਮਹਾਂਪੁਰਖਾਂ ਸਭ ਦੀ ਅਸੀਸ ਨਾਲ ਇਹ ਪ੍ਰਾਪਤ ਹੋਈ ਹੈ ਅੱਗੇ ਜੀ। ਇਹ ਜੋ ਕੀਰਤਨ ਦੀ ਵਿੱਦਿਆ, ਜੋ ਤੁਸੀਂ ਕੀਰਤਨ ਕਰ ਰਹੇ ਹੋ, ਸੰਗਤਾਂ ਨੂੰ ਨਿਹਾਲ ਕਰ ਰਹੇ ਹੋ, ਗੁਰੂ ਦਾ ਉਪਦੇਸ਼ ਉਹ ਘਰ ਘਰ ਪਹੁੰਚਾ ਰਹੇ ਹੋ, ਕੀ ਤੁਹਾਡੇ ਪਰਿਵਾਰ ਵਿੱਚੋਂ ਵੀ ਕੋਈ ਵਿਅਕਤੀ ਹੈ ਜਿਹੜਾ ਤੁਹਾਡੇ ਨਾਲ ਇਸ ਲਾਈਨ ਉੱਪਰ ਉਹ ਮਨੋਂ ਚਾਹੁੰਦੇ ਨੇ, ਜਾਂ ਵੀ ਅਸੀਂ ਸਾਡੇ ਪਿਤਾ ਦਾ ਐਡਾ ਵੱਡਾ ਸਤਿਕਾਰ ਸਿੱਖ ਸੰਗਤ ਦੇ ਵਿੱਚ, ਸਿੱਖ ਕੌਮ ਦੇ ਵਿੱਚ ਐਡਾ ਵੱਡਾ ਨਾਂ ਹੋਇਆ ਹੈ, ਤਾਂ ਗੁਰੂ ਦੀ ਬਖਸ਼ਿਸ਼, ਗੁਰੂ ਦੀ ਜੋ ਗੁਰਬਾਣੀ ਹੈ ਸਤਿਕਾਰ ਉਸਦਾ, ਪਰ ਵਿਅਕਤੀ ਜਿਸਦੇ ਰਾਹੀਂ ਕਰਵਾ ਰਿਹਾ ਉਹਦਾ ਸਤਿਕਾਰ ਵੀ ਗੁਰੂ ਉਨਾ ਹੀ ਕਰਵਾਉਂਦਾ ਜਿੰਨੀ ਉਹਦੀ ਗੁਰਬਾਣੀ ਦਾ ਸਤਿਕਾਰ ਹੈ। ਇਸ ਤਰ੍ਹਾਂ ਤੁਹਾਡੇ ਪਰਿਵਾਰ ਵਿੱਚੋਂ ਕੋਈ ਮੈਂਬਰ ਇਸ ਲਾਈਨ ਉੱਪਰ? ਸਾਡੇ ਪਰਿਵਾਰ ਦੇ ਸਾਰਿਆਂ ਦਾ ਹੀ ਮੈਨੂੰ ਸਹਿਯੋਗ ਹੈ ਜੀ। ਮੇਰੇ ਪਿਤਾ ਜੀ ਦਾ ਅੱਜ ਵੀ, ਉਹਨਾਂ ਦੀ ਤਕਰੀਬਨ 90 ਸਾਲ ਆਯੂ ਹੈ, ਪਰ ਪਿਤਾ ਜੀ ਰੋਜ਼ ਅੱਜ ਵੀ ਰਾਤੀ 2:30 ਵਜੇ ਉੱਠ ਕੇ ਇਸ਼ਨਾਨ ਕਰਕੇ ਪਹਿਲਾਂ 21 ਪਾਠ ਜਪਜੀ ਸਾਹਿਬ ਦੇ ਕਰਦੇ ਹਨ, ਫਿਰ ਉਸ ਤੋਂ ਬਾਅਦ ਆਪਣਾ ਸਵੇਰੇ ਆਸਾਂ ਦੀ ਵਾਰ ਦੇ ਕੀਰਤਨ ਨੂੰ ਸਤਸੰਗ ਵਿੱਚ ਬੈਠ ਕੇ ਸੁਣਦੇ ਹਨ, ਅਤੇ ਬੜੀ ਕਿਰਪਾ ਹੈ ਸਾਰੇ ਪਰਿਵਾਰ ਦਾ। ਮਾਤਾ ਜੀ ਤਾਂ ਗੁਰੂ ਸਾਹਿਬ ਕੋਲ ਚਲੇ ਗਏ ਆ, ਪਰ ਉਹਨਾਂ ਦੀ ਅਸੀਸਾਂ ਦਾਸ ਨੂੰ ਬੜੀ ਮਿਲੀਆਂ। ਦਾਸ ਦਾ ਪਰਿਵਾਰ ਵੀ ਸਾਰੇ ਹੀ ਘਰ ਵਿੱਚ ਜਦੋਂ ਸਮਾਗਮ ਹੁੰਦਾ ਹੈ, ਲੰਗਰ ਦੀ ਸੇਵਾ ਪਰਿਵਾਰ ਹੀ ਕਰਦਾ, ਨਾਲ ਜਿਹੜਾ ਬੇਟਾ ਹੈ ਤਬਲੇ ਦੀ ਸੇਵਾ ਕਰਦਾ, ਨਾਲ ਕਾਰੋਬਾਰ ਵੀ ਕਰਦਾ, ਅਤੇ ਮੈਂ ਤਾਂ ਕਹਿੰਦਾ ਨਾਲ ਬੱਚੀ ਹੈ, ਉਹ ਸਾਰਾ ਹੀ ਪਰਿਵਾਰ ਦਾਸ ਦਾ ਸੰਗਤੀ ਰੂਪ ਹੋ ਕੇ ਸੰਗਤ ਦੀ ਸੇਵਾ ਕਰਦੇ ਹਨ, ਅਤੇ ਮੈਨੂੰ ਬੜਾ ਸੌਖਾ ਜਿਹਾ ਹੋ ਜਾਂਦਾ। ਨਹੀਂ ਤਾਂ ਪਰਿਵਾਰ ਕਈ ਵਾਰੀ ਵੇਖਿਆ ਕੋਈ ਕਿਸ ਪਾਸੇ ਜਾਂਦਾ, ਕੋਈ ਕਿਸ ਪਾਸੇ, ਪਰ ਮੈਂ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਦਾ ਕਿ ਸਾਰਾ ਹੀ ਪਰਿਵਾਰ ਗੁਰੂ ਨਾਲ ਜੁੜਿਆ ਹੋਇਆ ਔਰ ਮੇਰੇ ਨਾਲ ਪੂਰਾ ਇਸ ਕਾਰਯ ਵੀ ਸਹਿਯੋਗ ਕਰਦੇ ਹਨ। ਬਿਲਕੁਲ, ਬੀਜ ਜਿਸ ਤਰ੍ਹਾਂ ਦਾ ਬੀਜਣਾ ਉੱਗਣਾ ਵੀ ਉਸੇ ਤਰ੍ਹਾਂ ਦਾ ਹੀ ਹੈ, ਅਤੇ ਜਿਸ ਤਰ੍ਹਾਂ ਭਾਈ ਸਾਹਿਬ ਦੇ ਬਜ਼ੁਰਗਾਂ ਨੇ ਗੁਰੂ ਦਾ ਪੱਲਾ ਪਕੜਿਆ, ਉਸੇ ਤਰ੍ਹਾਂ ਉਹਨਾਂ ਦੀ ਔਲਾਦ ਨੇ, ਜਿਵੇਂ ਭਾਈ ਸਾਹਿਬ ਹੋਣਾ ਨੇ ਗੁਰੂ ਦਾ ਜਿੱਥੇ ਆਪ ਪੱਲਾ ਪਕੜਿਆ, ਉੱਥੇ ਦੁਨੀਆ ਭਰ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ, ਹਰ ਥਾਂ ਜਾ ਕੇ ਗੁਰੂ ਨਾਨਕ ਦੇ ਉਪਦੇਸ਼ ਨੂੰ ਲੋਕਾਂ ਦੇ ਕੰਨਾਂ ਤੱਕ, ਹਿਰਦਿਆਂ ਤੱਕ ਪਹੁੰਚਾਇਆ ਅਤੇ ਉਪਦੇਸ਼ ਦਿੱਤਾ ਗੁਰੂ ਨਾਨਕ ਨਾਲ ਜੁੜਨ ਦਾ, ਉਸ ਉਪਦੇਸ਼ ਨਾਲ ਜੁੜਨ ਦਾ। ਉਸੇ ਤਰ੍ਹਾਂ ਹੀ ਇਹਨਾਂ ਦਾ ਪਰਿਵਾਰ ਵੀ ਅੱਜ ਸਾਡੇ ਨਾਲ ਸਤਿਕਾਰਯੋਗ ਵੀਰ ਭਾਈ ਸਾਹਿਬ ਹੋਣੀ ਜੋ ਇੱਥੇ ਮੌਜੂਦ ਨੇ, ਜੋ ਇਸ ਵੇਲੇ ਸੇਵਾ ਕਰ ਰਹੇ ਤਪਲੇ ਦੀ ਵੀ। ਭਾਈ ਸਾਹਿਬ ਜੀ, ਤੁਹਾਡੇ ਨਾਲ ਵੀ ਅਸੀਂ ਵਿਚਾਰ ਸਾਂਝੇ ਕਰਾਂਗੇ, ਪਹਿਲਾਂ ਭਾਈ ਸਾਹਿਬ ਉਹਨਾਂ ਨਾਲ ਥੋੜ੍ਹੀਆਂ ਗੱਲਾਂ ਬਾਤਾਂ ਹੋਰ ਕਰੀਏ, ਫਿਰ ਅਸੀਂ ਤੁਹਾਡੇ ਵੱਲ ਅਤੇ ਇਸੇ ਤਰ੍ਹਾਂ ਹੀ ਆਵਾਂਗੇ। ਅਤੇ ਭਾਈ ਸਾਹਿਬ ਜੀ, ਤੁਸੀਂ ਜਦੋਂ ਕਦੇ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਕੋਈ ਸਮਾਂ ਬਣਿਆ ਹੋਵੇ ਵੀ ਜਿੱਥੇ ਇਹ ਮਹਿਸੂਸ ਹੋਇਆ ਵੀ ਉਹ ਮੈਂ ਕਿਹੜੇ ਪਾਸੇ ਲੱਗ ਗਿਆ, ਵੀ ਇਹਦੇ ਨਾਲੋਂ ਮੇਰੇ ਨਾਲ ਦੇ ਉੱਥੇ ਪਹੁੰਚ ਗਏ, ਮੇਰੇ ਨਾਲ ਦੇ ਉੱਥੇ ਚਲੇ ਗਏ, ਕੋਈ ਇਸ ਤਰ੍ਹਾਂ ਦਾ ਸਮਾਂ ਜਿਵੇਂ ਗੁਰੂ ਘਰ ਦੇ ਹਾਲਾਤਾਂ ਵਿੱਚ, ਸਮਾਗਮਾਂ ਵਿੱਚ, ਪਰਿਵਾਰ ਵਿੱਚ ਕੋਈ ਇਸ ਤਰ੍ਹਾਂ ਦਾ ਸਮਾਂ? ਜਦੋਂ ਗੁਰੂ ਸਾਹਿਬ ਕੀਤੀ ਤਾਂ ਕਦੇ ਮਨ ਵਿਚਕਾਰ ਹੋਰ ਇੱਛਾ ਹੀ ਨਹੀਂ ਆਈ, ਕਿਉਂਕਿ ਇੱਕ ਦੇ ਪੱਲੇ ਲੱਗ ਜਾਈਏ ਤਾਂ ਫਿਰ ਦੂਜੇ ਦੇ ਪੱਲੇ ਲੱਗਣਾ ਸੋਭਨੀਕ ਹੀ ਨਹੀਂ ਹੈ, ਪੱਲੇ ਤਾਂ ਅੰਡੇ ਲੱਗ ਗਏ। ਹੁਣ ਗੁਰੂ ਨਾਨਕ ਸਾਹਿਬ ਨੇ ਆਪਣੇ ਚਰਨਾਂ ਨਾਲ ਲਾਇਆ, ਅਤੇ ਇਹ ਤਾਂ ਹੁਣ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਹੋਇਆ ਡਾਰ, ਇਸ ਮਾਰਗ 'ਤੇ ਜਦੋਂ ਚੱਲੀਏ ਤਾਂ ਫਿਰ ਸੋਚਣਾ ਨਹੀਂ ਹੈ, ਫਿਰ ਤਾਂ ਉਸ ਉੱਤੇ ਰੱਖਣਾ, ਗੁਰੂ ਸਾਹਿਬ ਆਪ ਹੀ ਰੱਖਿਆ ਕਰਦੇ ਨੇ ਆਪਣੇ ਕੀਰਤਨੀਆਂ ਦੀ। ਹਾਂਜੀ ਬਿਲਕੁਲ, ਤਨ ਮਨ ਕਾਟ ਕਾਟ ਕਰ ਆਪ ਹੀ ਵਿੱਚ ਅਗਨੀ ਆਪ ਚਲਾਈ, ਜਦੋਂ ਇਸ ਤਰ੍ਹਾਂ ਦਾ ਮਨ ਬਣ ਜਾਵੇ ਵੀ ਮੇਰੇ ਗੁਰੂ ਤੋਂ ਬਾਅਦ ਦੁਆ ਕੋਈ ਨਹੀਂ, ਫਿਰ ਇਸੇ ਤਰ੍ਹਾਂ ਦੀ ਜਿਹੜੀ ਹਾਲਤ ਆ ਮਨ ਦੀ ਅਵਸਥਾ ਉਹ ਇਸੇ ਤਰ੍ਹਾਂ ਦੀ ਬਣ ਜਾਂਦੀ ਹੈ। ਭਾਈ ਸਾਹਿਬ ਜੀ, ਜਿਸ ਤਰ੍ਹਾਂ ਤੁਸੀਂ ਬੜਾ ਲੰਬਾ ਸਮਾਂ ਕੀਰਤਨ ਕੀਤਾ, ਅਸੀਂ ਤੁਹਾਡਾ ਕੀਰਤਨ, ਤੁਹਾਡੀਆਂ ਟੇਪਾਂ, ਤੁਹਾਡੀਆਂ ਵੀਡੀਓਆਂ ਤੁਹਾਨੂੰ ਸਟੇਜਾਂ ਦੇ ਉੱਪਰ ਉਸੇ ਤਰ੍ਹਾਂ ਹੀ ਕਲੀਨ ਸ਼ੇਪ ਵਿੱਚ ਤੁਹਾਨੂੰ ਦੇਖਦੇ ਰਹੇ ਸੀ ਪਹਿਲਾਂ,
ਤੁਸੀਂ ਕੀਰਤਨ ਕਰਦੇ ਤੁਹਾਡੇ ਕੇਸਰੀ ਰੰਗ ਦਾ ਸਿਰ ਦੇ ਉੱਪਰ, ਇਸੇ ਤਰ੍ਹਾਂ ਹੀ ਜੋ ਅੱਜ ਤੁਸੀਂ ਚਿੱਟੇ ਰੰਗ ਦਾ ਸਿਰ 'ਤੇ ਦਸਤਾਰ ਸਜਾਈ ਹੈ, ਇਸ ਤਰ੍ਹਾਂ ਦਸਤਾਰ ਤੁਹਾਡੇ ਸਿਰ 'ਤੇ ਹੁੰਦੀ ਸੀ, ਤੁਸੀਂ ਉਸ ਪਰਿਵਾਰ ਨਾਲ ਸੰਬੰਧਿਤ ਹੋ ਜਿਹੜੇ ਗੁਰੂ ਨਾਨਕ ਦੇ ਉਪਦੇਸ਼ ਦੇ ਧਾਰਨੀ ਆਪਾਂ ਕਹੀਏ ਅਤੇ ਉਹਨਾਂ ਦੇ, ਅਤੇ ਇਸ ਤਰ੍ਹਾਂ ਜਿਹੜਾ ਹੌਲੀ ਹੌਲੀ ਬਦਲਾਅ ਜਿਹੜਾ ਵੀ ਇਹਨਾਂ ਤੁਸੀਂ ਸੰਗਤ ਨੂੰ ਉਪਦੇਸ਼ ਦਿੱਤਾ ਹੈ, ਤੁਸੀਂ ਸੰਗਤਾਂ ਨਾਲ ਬਹੁਤ ਲੰਬਾ ਸਮੇਂ ਵਿੱਚ ਰਹੇ ਹੋ, ਜੋ ਸਿੱਖੀ ਸਰੂਪ ਦੀ ਬਖਸ਼ਿਸ਼ ਹੈ, ਅਤੇ ਇਹ ਤੁਹਾਨੂੰ ਕਦੋਂ ਅਤੇ ਕਿਸ ਤਰ੍ਹਾਂ ਹੋਈ? ਜਦੋਂ 300 ਸਾਲਾ ਗੁਰਪੁਰਬ ਆਇਆ ਸੀ, ਖਾਲਸੇ ਦਾ ਸਿਰਜਣਾ ਦਿਵਸ, ਦਾਸ ਨੂੰ ਸੱਚਖੰਡ ਹਜ਼ੂਰ ਸਾਹਿਬ ਬੁਲਾਇਆ ਗਿਆ ਸੀ ਕੀਰਤਨ 'ਤੇ, ਅਤੇ ਜਦੋਂ ਦਾਸ ਉੱਥੇ ਪਹੁੰਚੇ ਅਤੇ ਗੁਰੂ ਸਾਹਿਬ ਨੇ ਕਲਗੀਧਰ ਪਾਤਸ਼ਾਹ ਜੀ ਨੇ ਉਸ ਦਿਨ ਬੜੀ ਰਾਤ ਨੂੰ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਮਨ ਉਹਨਾਂ ਨੇ ਬਦਲ ਦਿੱਤਾ, ਅਤੇ ਉਹਨਾਂ ਨੇ, ਮੈਂ ਤਾਂ ਇਹੀ ਕਹਾਂਗਾ, ਉਸ ਦਿਨ ਫਿਰ 300 ਸਾਲਾ ਗੁਰਪੁਰਬ 'ਤੇ ਇਹ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ, ਜਿਸ ਨੂੰ ਦਾਸ ਬੜੇ ਸਮੇਂ ਤੋਂ ਲੋਚ ਰਿਹਾ ਸੀ, ਪਰ ਸਮਾਂ ਆ ਗਿਆ, ਕਿਉਂਕਿ ਕਿਸੇ ਵੀ ਬੱਚੀ ਦਾ ਜਦੋਂ ਵਿਆਹ ਹੁੰਦਾ ਨਾ, ਉਹਦਾ ਦਿਨ ਨਿਸ਼ਚਿਤ ਹੁੰਦਾ, ਅਤੇ ਕੋਸ਼ਿਸ਼ ਭਾਵੇਂ ਕਿੰਨੀ ਵੀ ਕਰ ਲਈ ਪਰ ਪਹਿਲਾਂ ਨਹੀਂ ਹੋਇਆ, ਜਿਹੜਾ ਦਿਨ ਨਿਸ਼ਚਿਤ ਸੀ ਉਸੇ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਸੱਚਖੰਡ ਹਜ਼ੂਰ ਸਾਹਿਬ ਆਪਣੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਦੇ ਕੇ ਦਾਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸਰੂਪ ਬਖਸ਼ਿਸ਼ ਕੀਤਾ। ਅੰਮ੍ਰਿਤ ਦੀ ਦਾਤ ਕੋਈ ਇੱਦਾਂ ਨਹੀਂ ਮਿਲਦੀ ਵੀ ਅੰਮ੍ਰਿਤ ਛਕ ਲਓ। ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਰੰਗ ਲਾਗਤ 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 ਹੈ, ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਇਨਸਾਨ ਦੇ ਉੱਪਰ, ਉਦੋਂ ਇਹ ਦਾਤ ਜੋ ਹੈ ਅੰਮ੍ਰਿਤ ਦੀ ਦਾਤ, ਉਦੋਂ ਬਖਸ਼ਿਸ਼ ਹੁੰਦੀ ਹੈ, ਬੰਦਾ ਭਾਵੇਂ ਕਿੰਨੀ ਆਪਣੀ ਕੋਸ਼ਿਸ਼ ਕਰੀ ਜਾਵੇ। ਭਾਈ ਸਾਹਿਬ ਜੀ, ਤੁਸੀਂ ਜਿਹੜਾ ਕੀਰਤਨ ਹੈ, ਤੁਸੀਂ ਸਿਰਫ ਆਪਣੇ ਤੌਰ 'ਤੇ ਕਰ ਰਹੇ ਹੋ ਜਾਂ ਕਿਸੇ ਕੋਈ ਜਿਹੜੇ ਆਪਣੇ ਅਸਥਾਨ ਨੇ, ਜੋ ਇਤਿਹਾਸਕ ਅਸਥਾਨ ਦਰਬਾਰ ਸਾਹਿਬ ਜਾਂ ਸ਼ੀਸ਼ਗੰਜ ਸਾਹਿਬ ਜਾਂ ਹੋਰ ਤਰ੍ਹਾਂ ਦੇ ਕੋਈ ਜਿਹੜੇ ਆਪਣੇ ਜੋ ਇਤਿਹਾਸਕ ਅਸਥਾਨ ਨੇ ਗੁਰੂ ਘਰ ਨੇ, ਕੀ ਉਹਨਾਂ ਵਿੱਚ ਤੁਸੀਂ ਕੀਰਤਨ ਕੀਤਾ ਜਾਂ ਕੋਈ ਪੱਕੇ ਤੌਰ 'ਤੇ ਡਿਊਟੀਆਂ ਕਰਨ ਦਾ ਮਨ ਬਣਾਇਆ ਜਾਂ ਤੁਸੀਂ ਪਹਿਲਾਂ ਕਦੇ ਆਪਣੀ ਜ਼ਿੰਦਗੀ ਵਿੱਚ ਕੀਤਾ ਹੋਵੇ? ਹਾਂਜੀ, ਹਰਿਮੰਦਰ ਸਾਹਿਬ ਵੀ ਕੀਰਤਨ ਕੀਤਾ, ਅੰਮ੍ਰਿਤ ਛਕਣ ਤੋਂ ਬਾਅਦ ਸੱਚਖੰਡ ਹਜ਼ੂਰ ਸਾਹਿਬ ਵੀ ਹੋਇਆ, ਪਟਨਾ ਸਾਹਿਬ ਹੋਇਆ, ਸੀਸਗੰਜ, ਬੰਗਲਾ ਸਾਹਿਬ, ਦਿੱਲੀ ਘਰ, ਅਕਸਰ ਸਮਾਗਮ ਗੁਰੂ ਦੀ ਕਿਰਪਾ ਨਾਲ ਚੱਲਦੇ ਰਹਿੰਦੇ ਹਨ। ਹੋਰ ਵੀ ਪਵਿੱਤਰ ਇਤਿਹਾਸਿਕ ਸਥਾਨ ਹਨ, ਨਾਨਕਸਰ, ਬਾਬਾ ਨਾਨਕ ਸਿੰਘ ਜੀ ਦਾ ਸਥਾਨ, ਜਿੱਥੇ ਜਿੱਥੇ ਵੀ ਗੁਰੂ ਸਾਹਿਬ ਲੈ ਗਏ, ਗੁਰੂ ਸਾਹਿਬ ਨੇ ਆਪਣੀ ਸੇਵਾ ਆਪ ਲਈ ਹੈ, ਅਸੀਂ ਕਰਨ ਯੋਗ ਨਹੀਂ ਹਾਂ, ਇਹ ਉਹਨਾਂ ਨੇ ਆਪਣੀ ਸੇਵਾ ਆਪ ਲਈ ਹੈ ਜੀ। ਨਹੀਂ, ਜਿਸ ਤਰ੍ਹਾਂ ਪੱਕੇ ਤੌਰ ਦੇ ਉੱਪਰ ਕੋਈ ਡਿਊਟੀ ਤੁਹਾਡੀ ਕਿਸੇ ਸਥਾਨ ਦੇ ਉੱਪਰ, ਜੋ ਇਤਿਹਾਸਕ ਸਥਾਨ ਨੇ ਉਹਨਾਂ ਉੱਪਰ? ਪੱਕੇ ਤੌਰ 'ਤੇ ਤਾਂ ਨਹੀਂ ਹੈ, ਪਰ ਅਸੀਂ ਇਹੀ ਬੇਨਤੀ ਕਰਾਂਗੇ, ਗੁਰੂ ਸਾਹਿਬ ਜਿੱਥੇ ਵੀ ਰੱਖਣ ਆਪਣੇ ਚਰਨਾਂ ਵਿੱਚ ਰੱਖਣ, ਗੁਰੂ ਗ੍ਰੰਥ ਸਾਹਿਬ ਆਪਣੇ ਚਰਨਾਂ ਨਾਲ ਲਾ ਕੇ ਰੱਖਣ, ਅਤੇ ਕੀਰਤਨ ਦੀ ਸੇਵਾ ਹੁੰਦੀ ਰਹੇ ਜੀ। ਬਿਲਕੁਲ ਜੀ, ਕਈ ਜਿਹੜੇ ਕੀਰਤਨ ਉਹਨਾਂ ਨਾਲ ਅਸੀਂ ਗੱਲ ਵੀ ਪਹਿਲਾਂ ਵੀ ਕਰਦੇ ਰਹੇ ਹਾਂ, ਇਸ ਤਰ੍ਹਾਂ ਵਿਚਾਰ ਵਟਾਂਦਰੇ, ਪਰ ਕਈ ਕੀਰਤਨ ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਆਪਣੀ ਗੱਲ ਸਾਰੀ ਹੀ ਗੁਰੂ ਦੇ ਉੱਪਰ ਸਿੱਟੀ ਹੈ ਵੀ ਜਿੱਥੇ ਗੁਰੂ ਸਮਝੇ, ਜਿੱਥੇ ਗੁਰੂ ਨੂੰ ਠੀਕ ਲੱਗੇ ਉੱਥੇ ਸਤਿ ਕੋਲੋਂ ਸੇਵਾ ਲੈ ਲਵੇ, ਪਰ ਕਾਫੀ ਕੀਰਤਨੀ ਇਸ ਗੱਲ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਨੇ ਕਿ ਉਹ ਇੱਕ ਥਾਂ 'ਤੇ ਬੱਝ ਕੇ ਕੀਰਤਨ ਕਰਨ ਨਾਲੋਂ ਉਹ ਸੰਗਤਾਂ ਵਿੱਚ ਵਿਚਰ ਕੇ ਕੀਰਤਨ ਕਰਨ ਨੂੰ, ਜਿੱਥੇ ਉਹ ਆਪਣੇ ਆਪ ਨੂੰ ਚੰਗਾ ਸਮਝਦੇ ਨੇ, ਬਹੁਤੀਆਂ ਸੰਗਤਾਂ ਤੱਕ ਉਪਦੇਸ਼ ਪਹੁੰਚਾਉਣ ਵਿੱਚ ਉਹ ਆਪਣੇ ਆਪ ਨੂੰ ਬਿਹਤਰ ਸਮਝਦੇ ਨੇ, ਅਤੇ ਉਹ ਇਸੇ ਤਰ੍ਹਾਂ ਹੀ ਭਾਈ ਸਾਹਿਬ ਹੁਣੀ ਵੀ ਜਿਹੜੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਅਤੇ ਆਪਣੇ ਕੀਰਤਨ ਦੇ ਰਾਹੀਂ ਗੁਰੂ ਨਾਨਕ ਦੇ ਉਪਦੇਸ਼ ਨੂੰ ਜੋ ਘਰ ਘਰ ਤੱਕ ਪਹੁੰਚਾਉਣ ਤੱਕ ਇਹਨਾਂ ਨੇ ਉਪਰਾਲਾ ਕੀਤਾ, ਬੜਾ ਸ਼ਲਾਘਾਯੋਗ ਹੈ। ਭਾਈ ਸਾਹਿਬ ਜੀ, ਤੁਸੀਂ ਆਪਣੀ ਜ਼ਿੰਦਗੀ ਦੀ ਕੋਈ ਇਸ ਤਰ੍ਹਾਂ ਦੀ ਘਟਨਾ ਜਿਹੜੀ ਤੁਹਾਨੂੰ ਇੱਕ ਵਾਰੀ ਗੁਰੂ ਦੇ ਰਸਤੇ 'ਤੇ, ਵੈਸੇ ਤੁਸੀਂ ਤੁਰੇ ਹੋਏ ਹੋ, ਵੈਸੇ ਤੁਹਾਡੇ ਗੁਰੂ ਦੀ ਬੜੀ ਕਿਰਪਾ ਹੈ, ਕੋਈ ਇਸ ਤਰ੍ਹਾਂ ਦੀ ਘਟਨਾ ਜਿਹਨੇ ਤੁਹਾਨੂੰ ਬਿਲਕੁਲ ਝੰਜੋੜ ਕੇ ਰੱਖ ਦਿੱਤਾ ਹੋਵੇ ਵੀ ਇਹ ਤੋਂ ਇਲਾਵਾ ਮੇਰੇ ਗੁਰੂ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ, ਕੋਈ ਘਟਨਾ ਇੱਦਾਂ ਜ਼ਿੰਦਗੀ ਦੇ ਵਿੱਚ? ਬਹੁਤ ਘਟਨਾ ਹੈਗੀਆਂ, ਪਰ ਬੇਨਤੀ ਇਹ ਹੈ ਕਿ ਦਾਸ ਤਾਂ ਇਹੀ ਅਰਦਾਸ ਕਰੇਗਾ ਕਿ ਗੁਰੂ ਨਾਨਕ ਸਾਹਿਬ ਦੀ ਜਿਤਨੀ ਸੰਗਤ ਹੈ ਉਹ ਦਾਸ ਲਈ ਜ਼ਰੂਰ ਅਰਦਾਸ ਕਰੇ ਔਰ ਅਸੀਸ ਕਰੇ ਕਿ ਮੇਰੀ ਗੁਰੂ ਨਾਲ ਨਿਭ ਜਾਵੇ, ਕਿਉਂਕਿ ਇੱਥੇ ਕੱਚਿਆਂ ਦਾ ਮੁੱਲ ਨਹੀਂ ਹੈ, ਅੱਗੇ ਪੱਕਿਆਂ ਦਾ ਮੁੱਲ ਪੈਣਾ ਹੈ, ਅਤੇ ਗੁਰੂ ਸਾਹਿਬ ਅੱਗੇ ਇਹੀ ਅਰਦਾਸ ਹੈ ਕਿ ਅਸੀਂ ਤਾਂ ਹੈ ਹੀ ਕੱਚੇ ਹਾਂ, ਭੁੱਲਣਹਾਰ ਹਾਂ, ਅਤੇ ਸਤਿਗੁਰੂ ਸਦਾ ਬਖਸ਼ਣਹਾਰ ਹਨ ਔਰ ਗੁਰੂ ਦੀਆਂ ਸੰਗਤਾਂ ਸਦਾ ਬਖਸ਼ਣਹਾਰ ਹਨ, ਅਤੇ ਇਹੀ ਅਰਦਾਸ ਕਰਨ, ਗੁਰੂ ਦੇ ਚਰਨਾਂ ਨਾਲ ਨਿਭੇ, ਅਤੇ ਜੋ ਜੀਵਨ ਵਿੱਚ ਕਈ ਐਸੀਆਂ ਘਟਨਾਵਾਂ ਆਉਂਦੀਆਂ ਜਿਨ੍ਹਾਂ ਕਰਕੇ ਹੋਰ ਮਨ ਦ੍ਰਿੜ ਹੋ ਜਾਂਦਾ ਹੈ ਕਿ ਗੁਰੂ ਸਾਡੇ ਨਾਲ ਹੈ, ਬਹੁਤ ਨੇੜੇ ਹੈ, ਅਤੇ ਕਈ ਜੀਵਨ ਘਰ ਐਸੀਆਂ ਹਨ ਪਰ ਉਹ ਕਈ ਵਾਰੀ ਕਰਨ ਨਾਲ ਹੋਮੇ ਆਉਂਦੀ ਹੈ। ਇਸ ਵਾਸਤੇ ਦਾਸ ਇਹੀ ਆਖੇਗਾ ਕਿ ਸਾਰੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਹੈ, ਉਹ ਜਿਵੇਂ ਗੁਰੂ ਨਾਨਕ ਸਾਹਿਬ ਨੇ ਆਪਣੇ ਵਿਆਹ ਵਾਲੇ ਦਿਨ ਮਰਦਾਨੇ ਨੂੰ ਕੀਰਤਨ ਦੀ ਦਾਤ ਬਖਸ਼ੀ ਬਟਾਲੇ ਦੀ ਧਰਤੀ 'ਤੇ, ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਵੇਂ ਕੀਰਤਨ ਦੀ ਦਾਤ
ਸੰਗਤਾਂ ਵਿੱਚ ਬਖਸ਼ੀ ਜਦੋਂ ਸਤਿ ਬਲਵੰਡ ਨਾ ਆਉਣ ਨੂੰ ਨਾ ਕੀਤਾ, ਅਤੇ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੀ ਹੈ ਜਿਹੜੀ ਅੱਜ ਵੀ ਗੁਰੂ ਅਰਜਨ ਸਾਹਿਬ ਦੀ ਕਿਰਪਾ ਹੈ ਕਿ ਅੱਗੇ ਉਹਨਾਂ ਦੀ ਸੰਗਤਾਂ ਨੂੰ ਕੀਰਤਨ ਦੀ ਦਾਤ ਮਿਲ ਰਹੀ ਹੈ। ਇਸੇ ਤਰ੍ਹਾਂ ਮੈਂ ਤਾਂ ਇਹੀ ਬੇਨਤੀ ਕਰਾਂਗਾ, ਜਿਤਨੇ ਵੀ ਗੁਰੂ ਕੇ ਪਿਆਰੇ ਦੇਸ਼ ਪ੍ਰਦੇਸ਼ ਵਿਦੇਸ਼ ਵਿੱਚ ਰਹਿੰਦੇ ਹਨ, ਬੇਸ਼ੱਕ ਕਾਰੋਬਾਰ ਕਰਨ, ਪਰ ਆਪਣੇ ਬੱਚਿਆਂ ਨੂੰ ਗੁਰੂ ਨਾਨਕ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਗੁਰੂ ਨਾਲ ਜ਼ਰੂਰ ਜੋੜਨ, ਔਰ ਗੁਰਮੁਖੀ ਦਾ ਅੱਖਰ ਜ਼ਰੂਰ ਸਿਖਾਵਣ, ਤਾਂ ਕਿ ਬੱਚੇ ਆਪ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਪਾਠ ਕਰ ਸਕਣ, ਕੀਰਤਨ ਕਰ ਸਕਣ, ਨਾਲ ਕਾਰੋਬਾਰ ਵੀ ਕਰਨ, ਪਰ ਗੁਰੂ ਨਾਲ ਜ਼ਰੂਰ ਜੁੜਨ, ਨਿਤਨੇਮ ਜ਼ਰੂਰ ਕਰਨ। ਬਾਬਾ ਨਾਨਕ ਸਿੰਘ ਜੀ ਦਾ ਬਚਨ ਹੈ, ਨਿਤਨੇਮ ਗੁਰੂ ਨਾਨਕ ਸਾਹਿਬ ਦੀ ਬਾਂਹ ਹੈ, ਅਤੇ ਤੂੰ ਨਿਤਨੇਮ ਨਾ ਛੋੜ, ਗੁਰੂ ਨਾਨਕ ਸਾਹਿਬ ਤੇਰੀ ਬਾਂਹ ਕਦੀ ਨਹੀਂ ਛੱਡਣਗੇ। ਭਾਈ ਸਾਹਿਬ ਜੀ, ਪਹਿਲਾ ਚਾਂਸ ਮਿਲਿਆ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ, ਤੁਹਾਡੇ ਕੀਰਤਨ ਨੂੰ ਲਾਈਵ ਦੇਖ ਬੈਠ ਕੇ ਸੁਣਨ ਦਾ ਜੋ ਆਨੰਦ ਰਾਤੀਂ ਆਇਆ ਹੈ, ਮੈਂ ਰਾਤੀਂ ਵੀ ਇਹ ਸੋਚਣ ਡਿਆ ਸੀ ਗੱਲ ਵੀ ਕੁਝ ਕੀਰਤਨਾਂ ਦਾ ਇਹ ਮਕਸਦ ਹੁੰਦਾ ਉਹਨਾਂ ਨੇ ਖੁਦ ਕੀਰਤਨ ਕਰਨਾ ਅਤੇ ਸੰਗਤ ਨੂੰ ਸੁਣਾਉਣਾ ਹੈ, ਕੁਝ ਕੀਰਤਨ ਦਾ ਇਹ ਮਕਸਦ ਹੁੰਦਾ ਵੀ ਉਹਨਾਂ ਨੇ ਕਰੀ ਜਾਣਾ, ਸੰਗਤ ਸੁਣੇ ਨਾ ਸੁਣੇ, ਪਰ ਜਿਹੜਾ ਤੁਹਾਡਾ ਕੀਰਤਨ ਕਰਨ ਦਾ ਇੱਕ ਵੱਖਰਾ ਜੋ ਤੁਹਾਡਾ ਵੱਖਰਾ ਤੁਹਾਡਾ ਵਿਚਾਰ ਨੇ ਅਤੇ ਤੁਹਾਡਾ ਵੱਖਰਾ ਇੱਕ ਤਰੀਕਾ ਹੈ, ਜਿੱਥੇ ਤੁਸੀਂ ਖੁਦ ਕੀਰਤਨ ਕਰਦੇ ਹੋ ਉੱਥੇ ਨਾਲ ਸੰਗਤਾਂ ਨੂੰ ਤੁਸੀਂ ਕੀਰਤਨ ਕਰਵਾਉਂਦੇ ਹੋ, ਰਾਤੀਂ ਡੇਢ ਘੰਟੇ ਦੇ ਸਮੇਂ ਵਿੱਚ ਸੰਗਤਾਂ ਦੇ ਨਾਲ ਉਨਾ ਹੀ ਕੀਰਤਨ ਕੀਤਾ ਜਿੰਨਾ ਤੁਸੀਂ ਕੀਤਾ, ਤੁਸੀਂ ਸੰਗਤਾਂ ਕੋਲੋਂ ਕਰਵਾਇਆ। ਅਸੀਂ ਕੀਰਤਨ ਨਾ ਕੀਤਾ ਹੈ ਅਤੇ ਨਾ ਅਸੀਂ ਕਰਵਾਇਆ, ਕੀਰਤਨ ਕਰਾਇਆ ਵੀ ਗੁਰੂ ਨਾਨਕ ਸਾਹਿਬ ਨੇ ਵੇ, ਅਤੇ ਅੱਗੋਂ ਸੰਗਤਾਂ ਕੋਲੋਂ ਵੀ ਗੁਰੂ ਨਾਨਕ ਸਾਹਿਬ ਨੇ ਕਰਾਇਆ, ਕਿਉਂਕਿ ਜਦੋਂ ਗੁਰੂ ਦੇ ਚਰਨਾਂ ਨਾਲ ਸਾਰੀ ਸੰਗਤ ਜੁੜ ਕੇ ਕੀਰਤਨ ਕਰਦੀ ਹੈ ਨਾ, ਅਤੇ ਗੁਰੂ ਸਾਹਿਬ ਆਪ ਵੀ ਕੀਰਤਨ ਕਰਦੇ ਹਨ, ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਉਹ, ਅਤੇ ਇਹ ਜਦੋਂ ਸਾਰੀ ਸੰਗਤ ਇਹ ਬਾਬਾ ਨਾਨਕ ਸਿੰਘ ਜੀ ਜਾਂ ਬਾਬਾ ਸੰਤ ਸੁਜਾਨ ਸਿੰਘ ਜੀ ਨੂੰ ਬਚਨ ਕਰਦੇ ਸਨ ਕਿ ਬਈ ਅੱਜ ਕੀਰਤਨ ਦਾ ਸਵਾਦ ਨਹੀਂ ਬਣ ਰਿਹਾ, ਅਤੇ ਪੁੱਛਦੇ ਸਨ ਜੀ ਫਿਰ ਕੀ ਕਰੀਏ, ਕਹਿਣ ਲੱਗੇ ਸਾਰੀ ਸੰਗਤ ਨੂੰ ਨਾਲ ਬੁਲਾਓ, ਫਿਰ ਸਾਰੀ ਸੰਗਤ ਨਾਲ ਬੋਲਦੀ ਸੀ। ਇੱਕ ਵਾਰੀ ਨਗਰੋਟੇ ਦੀ ਪਹਾੜੀ 'ਤੇ ਅੰਮ੍ਰਿਤ ਵੇਲੇ ਸੰਤ ਬਾਬਾ ਸੁਜਾਨ ਸਿੰਘ ਜੀ ਕੀਰਤਨ ਕਰ ਰਹੇ ਸਨ, ਅਤੇ ਅੰਮ੍ਰਿਤਸਰ ਦੀ ਸੰਗਤ ਨਾਲ ਬੋਲ ਰਹੀ ਸੀ ਤੂੰ ਹੀ ਨਿਰੰਕਾਰ ਦਾ ਕੀਰਤਨ, ਧੁੰਨ ਲੱਗੀ ਸੀ ਸ਼ਬਦਾਂ ਦੀ, ਬੜੀ ਮਿੱਠੀ ਆਵਾਜ਼ ਆਵੇ, ਵਿੱਚ ਮਧੁਰ ਆਵਾਜ਼ ਆਵੇ, ਪਰ ਉਹ ਨਜ਼ਰ ਨਾ ਆਵੇ ਕੌਣ ਬੋਲ ਰਿਹਾ। ਕੀਰਤਨ ਦਾ ਭੋਗ ਪਿਆ ਅਤੇ ਸੰਗਤ ਨੇ ਬੇਨਤੀ ਕੀਤੀ ਬਾਬਾ ਨਾਨਕ ਸਿੰਘ ਜੀ ਨੂੰ, ਅੱਜ ਕੀਰਤਨ ਦਾ ਬੜਾ ਆਨੰਦ ਬੜਿਆ, ਬੜਾ ਰਸ ਬਣਿਆ, ਪਰ ਇੱਕ ਬੜੀ ਮਧੁਰ ਆਵਾਜ਼ ਵਿੱਚ ਆਉਂਦੀ ਸੀ, ਉਹ ਪਤਾ ਨਹੀਂ ਕੌਣ ਬੋਲਦਾ ਸੀ, ਅਤੇ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਉਹ ਗੁਰੂ ਨਾਨਕ ਸਾਹਿਬ ਬੋਲ ਰਹੇ ਸਨ। ਕਿਉਂਕਿ ਜਦੋਂ ਸਾਰੀ ਕੀਰਤਨ ਕਰਦੀ ਹੈ ਸੰਗਤ, ਸਭ ਦਾ ਮਨ ਗੁਰੂ ਨਾਲ ਜੁੜ ਜਾਂਦਾ ਹੈ, ਤਾਂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤਸਰ, ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਗੁਰੂ ਨਾਨਕ ਸਾਹਿਬ ਹਨ, ਦਸ ਪਾਤਸ਼ਾਹੀਆਂ ਦਾ ਰੂਪ ਹਨ। ਜਦੋਂ ਅਸੀਂ ਭਾਵਨਾ ਕਰਕੇ ਆਪਣੇ ਗੁਰੂ ਅੱਗੇ ਕੀਰਤਨ ਕਰਾਂਗੇ, ਗੁਰੂ ਨੂੰ ਕੀਰਤਨ ਸੁਣਾਵਾਂਗੇ, ਅਤੇ ਉਹ ਫਿਰ ਜਿਹੜਾ ਆਨੰਦ ਹੈ ਉਸ ਦਿਨ ਦਾ ਕੁਛ ਹੋਰ ਅਲੱਗ ਹੀ ਹੋ ਜਾਂਦਾ ਹੈ, ਅਤੇ ਉਹ ਮਨ ਦੇ ਵਿਚਕਾਰ ਬਾਣੀ ਦਾ ਨਿਵਾਸ ਹੁੰਦਾ। ਕਿਉਂਕਿ ਅਸਾਂ ਤਾਂ ਉੱਤੋਂ ਇੱਕ ਲੋਟਾ ਪਾਣੀ ਪਾਇਆ ਵੀ ਤਾਂ ਪਾਣੀ ਪਹਿਲਾਂ ਹੀ ਮੌਜੂਦ ਸੀ, ਆਨੰਦ ਤਾਂ ਸਾਰਿਆਂ ਦੇ ਅੰਦਰ ਹੀ ਸੀ। ਕਈ ਵਾਰੀ ਉਹ ਪੰਪ ਕਹਿੰਦੇ ਨਾ ਜੀ ਪਾਣੀ ਛੱਡਣਾ, ਗੇੜਨਾ ਛੱਡ ਦਿੱਤਾ ਉਹਨੇ, ਤਾਂ ਉੱਤੋਂ ਇੱਕ ਲੋਟਾ ਪਾਣੀ ਦਾ ਹੋਰ ਪਾ ਦਿੰਦੇ ਹੈ, ਅਤੇ ਅਸਾਂ ਤਾਂ ਸਿਰਫ ਇੱਕ ਲੋਟਾ ਪਾਣੀ ਦਾ ਪਾਇਆ, ਬਾਕੀ ਤਾਂ ਆਨੰਦ ਸਾਰਿਆਂ ਵੀ ਸੀ, ਉਹ ਉੱਪਰ ਆ ਗਿਆ, ਬਾਹਰ ਆ ਗਿਆ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਸੰਗਤ ਨੂੰ ਦੱਸਦੇ ਚੱਲੀਏ, ਕੱਲ੍ਹ ਤਕਰੀਬਨ ਜੋ ਡੇਢ ਘੰਟੇ ਦੇ ਦੀਵਾਨ ਸਨ ਭਾਈ ਸਾਹਿਬ ਉਹਨਾਂ ਦੇ, ਅਸੀਂ ਤੁਹਾਡੇ ਸਾਹਮਣੇ ਉਹ ਜੋ ਕੱਲ੍ਹ ਦੇ ਪ੍ਰੋਗਰਾਮ ਰਿਕਾਰਡ ਕੀਤੇ ਨੇ ਅਤੇ ਅੱਜ ਦੇ ਪ੍ਰੋਗਰਾਮ ਰਿਕਾਰਡ ਕਰਨੇ ਨੇ। ਅੱਜ ਦੇ ਪ੍ਰੋਗਰਾਮ ਦੀ ਗੱਲ ਨਹੀਂ ਕਰਦਾ, ਜੋ ਮੈਂ ਸੁਣਿਆ ਮੈਂ ਉਸ ਦੀ ਗੱਲ ਕਰਦਾ, ਉਹ ਰਿਕਾਰਡ ਜੋ ਪ੍ਰੋਗਰਾਮ ਹੈ ਉਹ ਸਿੱਖ ਚੈਨਲ ਦੇ ਉੱਪਰ ਸਿੱਖ ਸੰਗਤਾਂ ਰੂਬਰੂ ਹੋਣਾ,
ਉਹਦੇ ਪ੍ਰੋਗਰਾਮ ਦੇ ਵਿੱਚ ਜੋ ਸ਼ਬਦ ਕੀਰਤਨ ਕੀਤਾ ਜਾਂ ਵਿਆਖਿਆ ਕੀਤੀ ਹੈ ਜਾਂ ਗੁਰੂ ਦੀ ਗੱਲ ਕੀਤੀ ਹੈ, ਜਿਹੜੇ ਮੇਰੇ ਮਨ ਨੂੰ ਲੱਗੀ ਗੱਲ, ਉਹ ਗੁਰੂ ਗ੍ਰੰਥ ਸਾਹਿਬ ਦੀ ਕਸਬੱਟੀ ਤੋਂ ਰੱਤੀ ਮਾਤਰ ਵੀ ਸੱਜੇ ਖੱਬੇ ਨਹੀਂ, ਕੋਈ ਅਣਸਖਾ ਜਿਵੇਂ ਮਤਲਬ ਮਨ ਘੜਤ ਗੱਲਾਂ ਇਸ ਤਰ੍ਹਾਂ ਦੇ ਨਹੀਂ, ਜਿਹੜੀ ਇੱਕ ਬਹੁਤ ਹੀ ਚੰਗਾ ਅਤੇ ਵਧੀਆ ਲੱਗਿਆ, ਜਿਸ ਨਾਲ ਸੰਗਤ ਦਾ ਗੁਰੂ ਦੀ ਗੱਲ ਸੁਣ ਕੇ ਝੁਕਾਓ ਵੀ ਰਿਹਾ। ਆਪਾਂ ਗੱਲ ਕਰਨੀ ਚਾਹਾਂਗੇ ਅਤੇ ਭਾਈ ਸਾਹਿਬ ਉਹਨਾਂ ਦੇ ਸਪੁੱਤਰ ਸਾਹਿਬਾਨ ਨਾਲ, ਜੋ ਕਿ ਇਹਨਾਂ ਦੇ ਨਾਲ ਹੀ ਕੀਰਤਨ ਦੇ ਵਿੱਚ ਤਪਲੇ ਦੀ ਸੇਵਾ ਕਰਦੇ ਨੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸ਼ੁਭ ਨਾਮ? ਰੋਹਿਤਜੀਤ ਸਿੰਘ। ਰੋਹਿਤਜੀਤ ਸਿੰਘ ਜੀ, ਤੁਹਾਡੇ 'ਤੇ ਬੜੀ ਗੁਰੂ ਦੀ ਬਖਸ਼ਿਸ਼ ਹੈ। ਤੁਹਾਡੇ ਬਾਬਾ ਜੀ, ਤੁਹਾਡੇ ਪਿਤਾ ਜੀ ਜੋ ਗੁਰੂ ਦੀ ਉਸ ਰੰਗ ਵਿੱਚ ਰੰਗੇ ਨੇ, ਜਿਸ ਰੰਗ ਨੂੰ, ਜਿਸ ਅਵਸਥਾ ਨੂੰ ਹਰ ਵਿਅਕਤੀ ਲੋਚਦਾ, ਪਰ ਹਰ ਕਿਤੇ ਉਹ ਹਿੱਸੇ ਨਹੀਂ। ਤੁਸੀਂ ਆਪਣੇ ਆਪ ਨੂੰ ਪਹਿਲਾਂ ਦੱਸੋ, ਕਿਸ ਤਰ੍ਹਾਂ ਦਾ ਮਾਣ ਮਹਿਸੂਸ ਕਰਦੇ ਹੋ ਇਸ ਗੁਰਸਿੱਖ ਪਰਿਵਾਰ ਵਿੱਚ ਜਨਮ ਲੈਣ 'ਚ? ਦਾਸ ਆਪਣੇ ਗੁਰੂ ਸਾਹਿਬਾਨ ਦਾ, ਮਾਤਾ ਪਿਤਾ ਦਾ ਸ਼ੁਕਰਾਨਾ ਕਰਦਾ ਹੈ ਅਤੇ ਮੇਰੇ 'ਤੇ ਕੋਈ ਪਿਛਲੇ ਜਨਮਾਂ ਦੇ, ਇੱਕ ਨਹੀਂ ਕਈ ਜਨਮਾਂ ਦੇ ਸ਼ੁਭ ਕਰਮ ਨੇ ਕਿ ਮੈਨੂੰ ਗੁਰੂ ਨਾਨਕ ਵਰਗਾ ਗੁਰੂ ਅਤੇ ਐਸੇ ਪਿਤਾ ਮਿਲੇ ਨੇ ਜਿਨ੍ਹਾਂ ਨੇ ਮੈਨੂੰ ਸੰਗਤ ਨਾਲ ਜੋੜਿਆ ਅਤੇ ਇਸ ਐਸੇ ਮਾਰਗ 'ਤੇ ਤੋਰਿਆ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਅਤੇ ਬਾਕੀ ਗੁਰੂ ਸਾਹਿਬਾਨ ਦੇ ਅੱਗੇ, ਮਾਤਾ ਪਿਤਾ ਦੇ ਅੱਗੇ, ਸਾਧ ਸੰਗਤ ਦੇ ਅੱਗੇ ਬੇਨਤੀ ਹੈ ਕਿ ਉਹ ਸਦਾ ਮੇਰੇ ਸਿਰ 'ਤੇ ਹੱਥ ਰੱਖਣ ਤਾਂ ਕਿ ਮੈਂ ਨਿਮਰਤਾ ਸਹਿਤ ਸਾਧ ਸੰਗਤ ਦੀ ਕੀਰਤਨ ਰੂਪੀ ਸੇਵਾ ਕਰ ਸਕਾਂ। ਭਾਈ ਸਾਹਿਬ ਜੀ, ਕਿੰਨੇ ਸਮੇਂ ਤੋਂ ਤੁਸੀਂ ਆਪਣੇ ਪਿਤਾ ਜੀ ਦੇ ਨਾਲ, ਜੋ ਇਸ ਫੀਲਡ ਵਿੱਚ ਕੀਰਤਨ ਦੇ ਫੀਲਡ ਵਿੱਚ, ਕਿੰਨੇ ਸਮੇਂ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ? ਦਾਸ ਦੀ ਉਮਰ ਇਸ ਵੇਲੇ 28 ਸਾਲ ਹੋ ਗਈ ਹੈ, ਤਕਰੀਬਨ 24 ਸਾਲ, ਜਿਸ 4 ਸਾਲ ਦੀ ਉਮਰ ਸੀ, ਅਤੇ ਨਾਲ ਹੀ ਸੇਵਾ ਕੀਰਤਨ ਦੇ ਵਿੱਚ ਜਾ ਕੇ ਬੈਠਣਾ ਸਿੱਖਿਆ ਸਾਰਾ, ਕਿ ਕਿਵੇਂ ਸਤਸੰਗਤ ਵਿੱਚ ਬੈਠਾ ਜਾਂਦਾ ਹੈ, ਕੀਰਤਨ ਕਰਿਆ ਜਾਂਦਾ ਹੈ। ਅਤੇ ਫਿਰ ਸਕੂਲ ਦੇ ਵਿੱਚ ਪੜ੍ਹਾਈ ਵੀ, ਵਿੱਦਿਆ ਪੂਰੀ ਅਤੇ ਕਾਰੋਬਾਰ ਵੀ, ਪਰ ਜਿਹੜੀ ਲਗਨ ਹੈ ਉਹ ਕੀਰਤਨ ਵੱਲ ਲੱਗੀ ਰਹੀ ਹੈ। ਪਿਤਾ ਜੀ 'ਤੇ ਬਖਸ਼ਿਸ਼ ਹੋਈ 9 ਸਾਲ ਦੀ ਉਮਰ ਵਿੱਚ ਕੀਰਤਨ ਕਰਨ ਦੀ, ਪਰ ਪੁੱਤਰ 'ਤੇ ਬਖਸ਼ਿਸ਼ ਜਿਹੜੀ ਹੈ, ਪਿਤਾ ਦਾ ਜੋ ਕਹਿ ਲਈਏ ਸਿਰ 'ਤੇ ਹੱਥ, ਗੁਰੂ ਦੀ ਬਖਸ਼ਿਸ਼, 4 ਸਾਲ ਦੀ ਉਮਰ ਦੇ ਵਿੱਚ ਸਿੱਖ ਕੌਮ ਨੂੰ ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਮੈਂ ਵੀ ਇਹਦੇ ਵਿੱਚ ਹੀ ਹਾਂ, ਸੇਧ ਲੈਣਿਆਂ ਵਿੱਚ ਸਾਨੂੰ ਇਹੋ ਜਿਹੀਆਂ ਸ਼ਖਸੀਅਤਾਂ ਦੇ ਕੋਲੋਂ ਸੇਧ ਲੈਣੀ ਪਊਗੀ ਕਿ ਅਸੀਂ ਜੇ ਰੋਲ ਮਾਡਲ ਬਣਨਾ ਤਾਂ ਇਸ ਤਰ੍ਹਾਂ ਦੇ ਬਣੀਏ ਜਿੱਥੇ ਅਸੀਂ ਆਪਣੇ ਜੀਵਨ ਨੂੰ ਸੁਧਾਰਨਾ ਹੈ, ਆਪਣੀ ਪਨੀਰੀ ਨੂੰ ਸੰਭਾਲਣਾ, ਆਪਣੇ ਬੱਚੇ ਨੂੰ ਸੰਭਾਲਣਾ ਹੈ। ਇਹ ਰੋਲ ਮਾਡਲ ਜਿਹੜੇ ਸਾਡੇ ਸਿੱਖ ਕੌਮ ਦੇ ਵਿੱਚ ਮੌਜੂਦ ਨੇ, ਸਾਨੂੰ ਇਹਨਾਂ ਕੋਲੋਂ ਸੇਧ ਲੈ ਕੇ ਜੋ ਹੈ ਤੁਰਨਾ ਪਊਗਾ, ਸਾਨੂੰ ਕੁਝ ਸਿੱਖਣਾ ਪਊਗਾ ਇਹਨਾਂ ਤੋਂ ਸੇਧ ਲੈ ਕੇ। ਭਾਈ ਸਾਹਿਬ ਜੀ, ਤੁਸੀਂ ਨੌਜਵਾਨ ਹੋ, ਨੌਜਵਾਨ ਪਨੀਰੀ ਨੂੰ ਜੋ ਤੁਹਾਨੂੰ ਆਨੰਦ ਗੁਰਬਾਣੀ ਵਿੱਚੋਂ ਮਿਲਿਆ, ਜੋ ਤੁਹਾਨੂੰ ਸਤਿਕਾਰ ਗੁਰੂ ਘਰਾਂ ਵਿੱਚੋਂ ਮਿਲਿਆ, ਜੋ ਤੁਹਾਨੂੰ ਸਤਿਕਾਰ ਤੁਹਾਡੇ ਪਿਤਾ ਜੀ ਨੂੰ ਸਿੱਖ ਕੌਮ ਵੱਲੋਂ ਮਿਲਿਆ, ਸਾਰਾ ਕੁਝ ਦੇਖ ਕੇ ਤੁਸੀਂ ਜੇ ਕੰਪੇਅਰ ਕਰੋ ਆਪਣੇ ਬਿਜ਼ਨਸ ਦੇ ਨਾਲ, ਦੁਨਿਆਵੀ ਸ਼ੋਹਰਤ ਦੇ ਨਾਲ, ਕਿੰਨਾ ਤੁਹਾਨੂੰ ਮਹਿਸੂਸ ਹੁੰਦਾ? ਵੱਡਿਆਂ ਨੇ ਜਿਵੇਂ ਗੱਲ ਸਮਝਾਈ ਹੈ, ਅਤੇ ਬਾਬਾ ਫਰੀਦ ਜੀ ਦਾ ਸ਼ਲੋਕ ਹੈ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਜਾ ਦੁੱਧ, ਸਭੇ ਵਸਤਾਂ ਮਿੱਠੀਆਂ ਰੱਬ ਨਾ ਪੁੱਜਣ ਤਨ। ਕੀਰਤਨ ਦਾ, ਗੁਰੂ ਸਾਹਿਬ ਦੀ ਸੇਵਾ ਦਾ, ਸਾਧ ਸੰਗਤ ਦੀ ਸੇਵਾ ਦਾ, ਮਾਤਾ ਪਿਤਾ ਦੀ ਸੇਵਾ ਦਾ ਜਿਹੜਾ ਆਨੰਦ ਹੈ, ਉਹਦੇ ਕੰਪੇਅਰ ਕਰੀਏ ਅਤੇ ਬਾਕੀ ਦੁਨੀਆ ਦੇ ਸੁੱਖ ਉਹਦੇ ਸਾਹਮਣੇ ਫਿੱਕੇ ਨੇ। ਅਤੇ ਬਾਕੀ ਨਵੀਂ ਪੀੜ੍ਹੀ ਵਾਸਤੇ ਮੇਰੀ ਗੁਰੂ ਸਾਹਿਬਾਨ ਦੇ ਚਰਨਾਂ 'ਚ ਸਦਾ ਅਰਦਾਸ ਹੈ ਕਿ ਜਿਵੇਂ ਗੁਰੂ ਸਾਹਿਬ ਨੇ ਇਸ ਕੂਕਰ 'ਤੇ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜਿਆ, ਅਤੇ ਨਵੀਂ ਪੀੜ੍ਹੀ ਵੀ ਆਉਣ ਵਾਲੀ ਗੁਰਸਿੱਖੀ ਪਨੀਰੀ ਆਪਣੇ ਸਿਧਾਂਤਾਂ ਨਾਲ, ਬਾਣੀ ਅਤੇ ਬਾਣੀ ਨਾਲ ਜੁੜੀ ਰਹੇ ਅਤੇ ਸਦਾ ਆਪਣੀ ਸਿੱਖੀ ਨੂੰ ਸੰਭਾਲੇ ਅਤੇ ਆਪਣੇ ਸਿਧਾਂਤਾਂ 'ਤੇ ਚੱਲੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮੈਂ ਸਾਡੇ ਨਾਲ ਮੌਜੂਦ ਨੇ ਇਸੇ ਸਮੇਂ ਇਸੇ ਗੁਰੂ ਘਰ ਦੇ ਪ੍ਰਧਾਨ ਸਾਹਿਬਾਨ, ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਅੱਜ ਦੇ ਸਿਰਫ ਇਸ ਟੂਰ ਦੇ ਵਿੱਚ, ਮੈਂ ਕਿਹਾ 2013 ਦੇ ਵਿੱਚ ਸਿਰਫ 2 ਦਿਨ ਦੇ ਹੀ ਪ੍ਰੋਗਰਾਮ ਨੇ ਜੋ ਭਾਈ ਸਾਹਿਬ ਹੋਣਾਂ ਵੱਲੋਂ ਇਸ ਜਰਮਨ ਦੀ ਧਰਤੀ ਦਿੱਤੇ ਗਏ ਨੇ, ਜੋ ਰਾਤੀ ਵਿਚਾਰ ਹੋਏ ਸੀ ਅਗਲੇ ਸਾਲ ਜਿਹੜੇ ਆ ਪ੍ਰੋਗਰਾਮ ਡੈਰੀ 'ਤੇ ਦੇਖ ਕੇ, ਜੋ ਭਾਈ ਸਾਹਿਬ ਉਹਨਾਂ ਨੇ ਕਿਹਾ, ਅਸੀਂ ਘੱਟੋ ਘੱਟ ਜੀ ਬੇਨਤੀ ਕਰਦੇ ਹਾਂ ਵੀ ਘੱਟੋ ਘੱਟ 2 ਹਫ਼ਤੇ ਦੇ ਪ੍ਰੋਗਰਾਮ ਜਿਹੜੇ ਆ ਤੁਸੀਂ ਜ਼ਰੂਰ ਜਰਮਨ ਦੀ ਸੰਗਤ ਵਾਸਤੇ ਦਿਓ, ਕਿਉਂਕਿ ਤੁਸੀਂ ਕਨੇਡਾ, ਅਮੈਰੀਕਾ ਜਾਂ ਆਸਟ੍ਰੇਲੀਆ ਇਹਨਾਂ ਕੰਟਰੀਆਂ ਵਿੱਚ ਜ਼ਿਆਦਾ ਜਾਂਦੇ ਹੋ। ਇੱਥੇ ਗੁਰਸਿੱਖ ਜਿਹੜੇ ਨੇ ਉਹ ਭਾਵੇਂ ਗਿਣਤੀ ਸਾਡੀ ਥੋੜ੍ਹੀ ਆ, ਗਰੀਬ ਸਿੱਖ ਹੈ ਗੁਰੂ ਦੇ, ਪਰ ਤੁਸੀਂ ਜ਼ਰੂਰ ਕਿਰਪਾ ਕਰਿਓ ਵੀ ਇੱਥੇ ਵੱਧ ਤੋਂ ਵੱਧ ਸਮਾਂ ਦੇ ਕੇ ਸਿੱਖ ਸੰਗਤਾਂ ਨੂੰ ਜਿਹੜਾ ਤੁਸੀਂ ਉਪਦੇਸ਼ ਦੁਨੀਆ ਵਿੱਚ ਪਹੁੰਚਾਉਂਦੇ ਹੋ ਅਤੇ ਉਸ ਗੁਰੂ ਦੇ ਲੜ ਲਾਉਣ ਵਾਸਤੇ ਸਾਨੂੰ ਵੀ ਇੱਥੇ ਜ਼ਰੂਰ ਸਮਾਂ ਦਿਓ। ਅਤੇ ਮੈਂ ਗੱਲ ਕਰੀਏ ਭਾਈ ਅਮਰੀਕ ਸਿੰਘ,
ਹੋਣ ਨਾਲ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਰਾਤ ਜੋ ਆਪਾਂ ਕੀਰਤਨ ਸੁਣਿਆ ਭਾਈ ਸਾਹਿਬ ਉਹਨਾਂ ਦਾ, ਅਤੇ ਭਾਵੇਂ ਆਪਾਂ ਇਹਨਾਂ ਨੂੰ ਪਹਿਲਾਂ ਸੀਡੀਆਂ ਜਾਂ ਵੀਡੀਓ ਰਾਹੀਂ ਦੇਖ ਰਹੇ ਸੀ, ਪਹਿਲਾਂ ਆਪਾਂ ਦੇਖਿਆ ਰਾਤ ਦੇ ਕੀਰਤਨ ਵਿੱਚ, ਅਤੇ ਜੋ ਕੱਲ੍ਹ ਇੱਥੇ ਆ ਕੇ ਸੰਗਤਾਂ ਦੇ ਜੋ ਵਿਚਾਰ ਨੇ ਉਹ ਭਾਈ ਸਾਹਿਬ ਹੁਣਾਂ ਪ੍ਰਤੀ ਕਿਸ ਤਰ੍ਹਾਂ ਦੇ ਨੇ? ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਜੋ ਰਾਤੀ ਇਹਨਾਂ ਨੇ ਡੇਢ ਘੰਟੇ ਦਾ ਕੀਰਤਨ ਕੀਤਾ ਹੈ, ਮੇਰਾ ਨਹੀਂ ਖਿਆਲ ਕੋਈ ਹਾਲ ਦੇ ਵਿੱਚ ਕੋਈ ਮਾੜਾ ਬੱਚਾ ਵੀ ਹਿੱਲਿਆ ਹੋਵੇ। ਪੂਰਾ ਹਾਲ ਸੁਣਸਾਨ ਸੀ, ਜਿਸ ਤਰ੍ਹਾਂ ਲੱਗਦਾ ਸੀ ਕੋਈ ਪ੍ਰਾਣੀ ਬੈਠਾ ਹੀ ਨਹੀਂ ਹੈ। ਜੋ ਕੀਰਤਨ ਇਹਨਾਂ ਨੇ ਆਪ ਕੀਤਾ ਹੈ ਉਹ ਸੰਗਤਾਂ ਕੋਲ ਕਰਾਇਆ ਹੈ। ਇਹ ਗੱਲ ਕਿ ਵੀ ਜੇ ਮੇਰੀ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਵਾਰੀ, ਇਹ ਪਹਿਲਾਂ ਹਫ਼ਤਾ ਪਹਿਲਾਂ ਵੀ ਸਾਡੇ ਕੋਲ ਰਹਿ ਕੇ ਗਏ ਹਨ, ਹੁਣ ਵੀ ਹੈ। ਜੋ ਵੀ ਕੀਰਤਨੀ ਆਉਂਦੇ ਹਨ ਉਹ ਆਪਣਾ ਕੀਰਤਨ ਕਰਦੇ ਹਨ ਤਾਂ ਖਤਮ ਕਰ ਦਿੰਦੇ ਹਨ, ਪਰੰਤੂ ਜੋ ਇਹਨਾਂ ਨੇ ਕੀਰਤਨ ਕੀਤਾ ਹੈ ਨਾਲ ਸੰਗਤਾਂ ਕੋਲ ਕਰਾਇਆ ਹੈ, ਇਹ ਦੁਰਲੱਭ ਹੈ। ਭਾਈ ਸਾਹਿਬ ਹੁਣ ਦੇ ਕੀਰਤਨ ਕਰਨ ਦਾ ਨਿਮਿਕਲਾ ਢੰਗ, ਕੀਰਤਨ ਕਰਨ ਦਾ ਨਹੀਂ ਕੀਰਤਨ ਕਰਾਉਣ ਦਾ ਵੀ, ਜਿੰਨਾ ਗੁਰੂ ਦਾ ਜਸ ਇਹਨਾਂ ਨੇ ਆਪ ਗਿਆਨ ਕੀਤਾ, ਕੋਈ ਦੋ ਰਹਿਵਾ ਨਹੀਂ। ਇਹ ਸਾਰੀ ਜੋ ਵੀਡੀਓ ਹੈ, ਜੋ ਸਾਰਾ ਪ੍ਰੋਗਰਾਮ ਹੈ ਸਿੱਖ ਚੈਨਲ 'ਤੇ ਚੱਲਣਾ, ਤੁਸੀਂ ਖੁਦ ਹੀ ਦੇਖ ਲਵੋਗੇ ਕਿ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਹੈ ਅਤੇ ਸੰਗਤਾਂ ਕਿਵੇਂ ਨਾਲ ਕੀਰਤਨ ਕਰ ਰਹੀਆਂ। ਅਖੀਰ ਵਿੱਚ ਭਾਈ ਮਹਿੰਦਰ ਸਿੰਘ ਜੀ ਜੋ ਇਸ ਗੁਰੂ ਘਰ ਦੇ ਸੇਵਾਦਾਰ ਹਨ, ਬੜੇ ਸੁਚੱਜੇ ਅਤੇ ਸੋਹਣੇ ਢੰਗ ਦੇ ਨਾਲ ਇਹ ਗੁਰੂ ਘਰ ਦੀ ਜੋ ਸੇਵਾ ਕਰਦੇ ਹਨ, ਚੰਗੇ ਪ੍ਰਬੰਧ ਨੂੰ ਚਲਾ ਰਹੇ ਹਨ, ਉਹਨਾਂ ਨਾਲ ਗੱਲ ਕਰਨੀ ਚਾਹਾਂਗਾ। ਤੁਸੀਂ ਭਾਈ ਸਾਹਿਬ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਿੱਖ ਸੰਗਤਾਂ ਨੂੰ ਵੀ ਇਸ ਤਰ੍ਹਾਂ ਦੇ ਕੀਰਤਨੀਆਂ ਨੇ ਜਿਹੜੇ ਉਹ ਸੰਗਤਾਂ ਨੂੰ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੱਧ ਤੋਂ ਵੱਧ ਉਪਰਾਲੇ ਕਰਕੇ ਮੰਗਾਉਣੇ ਚਾਹੀਦੇ ਹਨ, ਜਿਹਦੇ ਨਾਲ ਸਿੱਖ ਕੌਮ ਜਿਹੜੀ ਹੈ ਉਹ ਆਪਣੇ ਗੁਰੂ ਨਾਲ, ਗੁਰੂ ਦੇ ਉਪਦੇਸ਼ ਨਾਲ ਜੁੜ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇਹੀ ਬੇਨਤੀ ਕਰਾਂਗਾ ਸਰਬੱਤ ਸਤਸੰਗਤ ਕੋਲ ਕਿ ਜਿਤਨਾ ਵੱਧ ਤੋਂ ਵੱਧ ਹੋ ਸਕੇ ਆਪਣੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜੋ, ਆਪਣੀ ਪੰਜਾਬੀ ਮਾਂ ਬੋਲੀ ਨਾਲ ਜੋੜੋ, ਕਿਉਂਕਿ ਇਸ ਚੀਜ਼ ਤੋਂ ਅਸੀਂ ਬੜੀ ਦੂਰ ਜਾ ਚੁੱਕੇ ਹਾਂ। ਸਾਡੇ ਬੱਚੇ ਅੱਜ ਗੁਰਦੁਆਰੇ ਆਉਣ ਦੇ ਵਿਚਕਾਰ ਬਿਲਕੁਲ ਖੁਸ਼ ਨਹੀਂ ਹੈਗੇ। ਸਿਰਫ ਕਦੀ ਕਦੀ ਇੱਥੇ ਮੈਂ ਆਪਣੇ ਐਸਨ ਗੁਰੂ ਘਰ ਦੇ ਵਿਚਕਾਰ ਇਹੀ ਦੇਖਣਾ, ਬੱਚਿਆਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬੀ ਦੀ ਕਲਾਸਾਂ, ਕੀਰਤਨ, ਹਰ ਚੀਜ਼ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬੱਚਿਆਂ ਨੂੰ ਆਪਣੇ ਸੀਨੇ ਨਾਲ ਲਗਾਓਗੇ, ਉਹਨਾਂ ਨੂੰ ਦੱਸੋਗੇ ਤਾਂ ਵਿਰਸਾ ਆਪਣਾ ਤਦ ਹੀ ਅੱਗੇ ਜਾਏਗਾ। ਜੇ ਅਸੀਂ ਆਪਣੀ ਲੜਾਈਆਂ 'ਚ, ਝਗੜਿਆਂ 'ਚ ਅਤੇ ਜਥੇਬੰਦੀਆਂ 'ਚ ਵੰਡੇ ਜਾਵਾਂਗੇ ਤਾਂ ਉਸ ਦੇ ਵਿਚਕਾਰ ਸਾਡੀ ਸੰਗਤ ਟੁੱਟਦੀ ਹੈ, ਸਾਡੀ ਸੰਗਤ ਦੇ ਵਿੱਚ ਪਿਆਰ ਪਰ ਨਹੀਂ ਬਣਦਾ। ਇਸ ਦੇ ਵਿਚਕਾਰ ਮੈਂ ਸਾਰੀ ਸਰਬੱਤ ਸੰਗਤ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਵਸਦਾ ਹੈ, ਉਹਨਾਂ ਕੋਲ ਦੋ ਹੱਥ ਜੋੜ ਕੇ ਬੇਨਤੀ ਕਰਨਾ ਕਿ ਤੁਸੀਂ ਆਪਣੇ ਇੱਕ ਦੂਸਰੇ ਨੂੰ ਗਲੇ ਨਾਲ ਲਾਓ ਅਤੇ ਇੱਕ ਦੂਜੇ ਨਾਲ ਬੜੇ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਓ, ਬੱਚਿਆਂ ਨਾਲ, ਗੁਰੂ ਘਰਾਂ ਨਾਲ ਸੇਵਾ ਕਰੋ, ਸਫਾਈ ਕਰੋ, ਧਰਮ ਨੂੰ, ਆਪਣੇ ਨੂੰ, ਪੰਜਾਬੀ ਨੂੰ ਅੱਗੇ ਲੈ ਜਾਓ। ਦੁਨੀਆਂ ਦੇ ਵਿਚਾਰ ਸਾਡੇ ਨਾਲ, ਇੱਥੇ ਮਸਜਿਦ ਹੈ, ਮੈਂ ਦੇਖਦਾ ਰਹਿਣਾ, ਸਾਡੇ ਕਈ ਮੁਸਲਮਾਨ ਭਰਾ ਹਰ ਹਫ਼ਤੇ ਦੇ ਦੋ ਦਿਨ ਆਪਣੇ ਬੱਚਿਆਂ ਨੂੰ ਆਪਣੀ ਧਰਮ ਭਾਸ਼ਾ ਸਿਖਾਉਣ ਵਾਸਤੇ ਲਿਆਉਂਦੇ ਨੇ। ਸਾਡੇ ਪੰਜਾਬੀ ਨੇ ਸਾਰੇ ਜਿੱਥੇ ਜਿੱਥੇ ਵਸਦੇ ਨੇ ਉਹ ਆਪਣੇ ਬੱਚਿਆਂ ਨੂੰ ਇਸ ਪਾਸੇ ਲਾ ਹੀ ਨਹੀਂ ਰਹੇ, ਗੁਰਬਾਣੀ ਨਾਲ ਜੋੜ ਹੀ ਨਹੀਂ ਰਹੇ, ਗੁਰਮੁਖੀ ਨਾਲ ਜੋੜ ਹੀ ਨਹੀਂ ਰਹੇ, ਪੰਜਾਬੀ ਪੜ੍ਹਾਉਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ। ਉਹਨਾਂ ਨੂੰ ਕਹੋ ਅਤੇ ਉਹਨਾਂ ਨੇ ਹੋਰ ਚੀਜ਼ਾਂ ਵਾਸਤੇ ਉਹਨਾਂ ਕੋਲ ਟਾਈਮ ਹੈ, ਪਰ ਇਸ ਚੀਜ਼ ਵਾਸਤੇ ਟਾਈਮ ਨਹੀਂ ਹੈ। ਮੈਂ ਫਿਰ ਵਾਰ ਵਾਰ ਬੇਨਤੀ ਕਰਨਾ ਕਿ ਆਪਣੇ ਬੱਚਿਆਂ ਨੂੰ ਗੁਰਮੁਖੀ ਨਾਲ ਜੋੜੋ, ਗੁਰੂ ਗ੍ਰੰਥ ਸਾਹਿਬ ਨਾਲ ਜੋੜੋ, ਗੁਰੂ ਨਾਨਕ ਸਾਹਿਬ ਨਾਲ ਜੋੜੋ, ਗੁਰਬਾਣੀ ਨਾਲ ਜੋੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅਸੀਂ ਫਿਰ ਦੁਬਾਰਾ ਮੁੜ ਭਾਈ ਸਾਹਿਬ, ਭਾਈ ਚਮਨਜੀਤ ਸਿੰਘ ਜੀ ਲਾਲ ਉਹਨਾਂ ਨਾਲ ਫਿਰ ਦੁਬਾਰਾ ਗੱਲ ਕਰਨ ਲਈ ਦੋ ਚਾਰ ਪੰਜ ਮਿੰਟ ਇਹਨਾਂ ਕੋਲੋਂ ਹੋਰ ਅਸੀਂ ਲਵਾਂਗੇ ਕੀਮਤੀ ਸਮੇਂ ਵਿੱਚ, ਕਿਉਂਕਿ ਅੱਗੇ ਕੀਰਤਨ ਦੀਵਾਨ ਦਾ ਟਾਈਮ ਵੀ 5-7 ਮਿੰਟ ਹੀ ਬਾਕੀ ਨੇ, ਉੱਥੇ ਵੀ ਕੀਰਤਨ ਕਰਨਾ। ਭਾਈ ਸਾਹਿਬ ਜੀ, ਤੁਸੀਂ ਕੋਈ ਇਸ ਤਰ੍ਹਾਂ ਦੀ ਸੰਸਥਾ, ਕੋਈ ਇਸ ਤਰ੍ਹਾਂ ਦਾ ਕਾਲਜ ਜਾਂ ਇਸ ਤਰ੍ਹਾਂ ਦੀ ਕੋਈ ਵਿੱਦਿਆ ਦਾ ਕੋਈ ਪ੍ਰਬੰਧ ਕੀਤਾ ਜਿਹੜਾ ਕੋਈ ਆਪਾਂ ਸਿੱਖ ਕੌਮ ਦੀ ਜੋ ਪਨੀਰੀ ਹੈ ਉਹਨੂੰ ਇਸ ਕੀਰਤਨ ਜਿਹੜਾ ਤੁਸੀਂ ਜਸ ਗੁਰੂ ਦਾ ਗਾ ਰਹੇ ਹੋ ਇਹਦੇ ਬਾਅਦ 'ਤੇ ਕੋਈ ਅਕੈਡਮੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵਿਦਿਆਲਾ? ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ, ਹਰ ਇੱਕ ਘਰ 'ਚ ਹੀ ਗੁਰੂ ਦੇ ਪਿਆਰੇ ਕੀਰਤਨੀ ਹੋਵਣ, ਅਤੇ ਬਾਕੀ ਜੋ ਸਿਖਾਉਣ ਦੀ ਡਿਊਟੀ ਹੈ ਉਹ ਗੁਰੂ ਸਾਹਿਬ, ਅਜੇ ਤਾਂ ਮੈਂ ਆਪ ਹੀ ਨਹੀਂ ਸਿੱਖਿਆ, ਮੈਂ ਕਿਸੇ ਨੂੰ ਕੀ ਸਿੱਖਿਆ ਦੇਵਾਂਗਾ, ਅਤੇ ਮੈਂ ਤਾਂ ਕੋਸ਼ਿਸ਼ ਕਰ ਰਿਹਾ ਕਿ ਮੈਂ ਗੁਰੂ ਸਾਹਿਬ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ, ਗੁਰੂ ਸਾਹਿਬ ਦੀ ਸਿੱਖਿਆ ਨੂੰ ਧਾਰਨ ਕਰਕੇ ਆਪਣਾ ਜੀਵਨ ਸਫਲ ਕਰ ਸਕਾਂ। ਬਾਕੀ ਜੋ ਵੀ ਗੁਰੂ ਕੇ ਪਿਆਰੇ ਦੇਸਾਂ ਪ੍ਰਦੇਸਾਂ ਵਿੱਚ ਰਹਿੰਦੇ ਨੇ,
ਜ਼ਰੂਰ ਗੁਰੂ ਘਰ ਦੇ ਵਿਚਕਾਰ ਕੰਟੈਕਟ ਕਰਕੇ ਜਿੱਥੇ ਨੇੜੇ ਹੋਵੇ ਉੱਥੇ ਬੱਚਿਆਂ ਨੂੰ ਕੀਰਤਨ ਦੀ ਵਿੱਦਿਆ ਜ਼ਰੂਰ ਦੇਵਣ। ਅਤੇ ਬਹੁਤ ਅੱਛੀ ਗੱਲ ਹੁਣੇ ਗੁਰਮੁਖ ਪਿਆਰੇ ਕਹਿ ਰਹੇ ਸਨ ਕਿ ਸਾਨੂੰ ਬੱਚਿਆਂ ਨੂੰ ਗੁਰੂ ਨਾਲ ਜ਼ਰੂਰ ਜੋੜਨਾ ਚਾਹੀਦਾ। ਅਤੇ ਜਿਹੜੇ ਬੱਚੇ ਜੁੜਨਗੇ, ਬਾਬਾ ਜੀ ਦਾ ਬਚਨ ਹੈ ਮਾਂ ਪੁਰਖਾਂ ਦਾ, ਜੇ ਅਸੀਂ ਬੱਚਿਆਂ ਨੂੰ ਬਚਪਨ ਤੋਂ ਹੀ ਗੁਰੂ ਦੇ ਨਾਲ ਜੋੜਾਂਗੇ ਨਾ, ਵੱਡੇ ਹੋ ਕੇ ਬੱਚੇ ਕਦੇ ਵੀ ਗੁਰੂ ਘਰ ਤੋਂ ਬੇਮੁੱਖ ਨਹੀਂ ਹੋਣਗੇ, ਮਾਤਾ ਪਿਤਾ ਤੋਂ ਬੇਮੁੱਖ ਨਹੀਂ ਹੋਣਗੇ, ਕਿਉਂਕਿ ਗੁਰੂ ਦੀ ਸਿੱਖਿਆ ਉਹਨਾਂ ਦੇ ਹਿਰਦੇ ਵਿੱਚ ਬਚਪਨ ਤੋਂ ਰਹੇਗੀ। ਕੋਈ ਮਕਾਨ ਦੀ ਨੀਂਹ ਪੱਕੀ ਹੋਵੇ ਅਤੇ ਉਸ 'ਤੇ ਭਾਵੇਂ ਕਿਤਨੀਆਂ ਵੀ ਮੰਜ਼ਿਲਾਂ ਪਾ ਲਓ, ਅਤੇ ਇਸ ਵਾਸਤੇ ਨੀਂਹ ਪੱਕੀ ਜਿਤਨੀ ਮੰਜ਼ਿਲਾਂ ਪਾਣੀਆਂ ਹੋਣ ਉਸ ਹਿਸਾਬ 'ਤੇ ਨੀਂਹ ਰੱਖੀ ਜਾਂਦੀ ਹੈ। ਅਤੇ ਸਿੱਖੀ ਦੀ ਨੀਂਹ ਬੜੀ ਮਜ਼ਬੂਤ ਹੈ, ਇਹਨੂੰ ਕੋਈ ਨਹੀਂ ਹਿਲਾ ਸਕਦਾ। ਇਸ ਵਾਸਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਆਪਣੀ ਗੁਰੂ ਨਾਲ ਜੁੜੀਏ, ਆਪਣੇ ਬੱਚਿਆਂ ਨੂੰ ਵੀ ਜੋੜੀਏ, ਅਤੇ ਸਾਡੇ ਗੁਰੂ ਸਤਿਗੁਰ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਨ, ਅਸੀਂ ਉਹਨਾਂ ਦੇ ਚਰਨਾਂ ਨਾਲ ਜੁੜੀਏ। ਸਭ ਦੁਨੀਆਂ ਦੇ ਜਿਤਨੇ ਧਰਮ ਹਨ ਅਸੀਂ ਸਾਰਿਆਂ ਦਾ ਸਤਿਕਾਰ ਕਰਨਾ, ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਭ ਦਾ ਸਤਿਕਾਰ ਕੀਤਾ। ਜਿਤਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਵੇਖ ਲਓ ਬਾਣੀ ਵਿੱਚ ਕਿਤਨੇ ਪਰਮੇਸ਼ਰ ਦੇ ਨਾਮ ਹਨ, ਇਸ ਵਾਸਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਪਰ ਮੰਨਣਾ ਪੂਜਣਾ ਆਪਣੇ ਗੁਰੂ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਹੈ। ਇਤਨੀ ਅਰਦਾਸ ਹੈ ਗੁਰੂ ਸਾਹਿਬ ਅੱਗੇ, ਦਾਸ ਨੂੰ ਸਤਿਗੁਰੂ ਜੀ ਸੁਮਤ ਬਖਸ਼ਣ, ਸਾਰੇ ਪਰਿਵਾਰ ਨੂੰ ਦਾਸ ਦੇ, ਇਸੇ ਤਰ੍ਹਾਂ ਅਸੀਂ ਸੰਗਤਾਂ ਦੇ ਜੋੜੇ ਰਸਨਾ ਨਾਲ ਚਾੜਦੇ ਰਹੀਏ ਜੀ। ਸਿੱਖ ਚੈਨਲ ਜੋ ਉਪਰਾਲਾ ਕੀਤਾ ਗੁਰੂ ਨਾਨਕ ਦੇ ਉਪਦੇਸ਼ ਨੂੰ ਘਰ ਘਰ ਤੱਕ ਪਹੁੰਚਾਉਣਾ, ਉਸ 'ਤੇ ਆਪਣੀ ਜ਼ਿੰਮੇਵਾਰੀ ਨੂੰ, ਫਰਜ਼ ਨੂੰ ਸਮਝਦਾ ਹੋਇਆ, ਜਿੱਥੇ ਕਿਤੇ ਵੀ ਕੋਈ ਵੀ ਸ਼ਖਸੀਅਤ ਜਿਹਨੇ ਸਿੱਖ ਕੌਮ ਦੇ ਪ੍ਰਤੀ ਭਾਵੇਂ ਥੋੜ੍ਹਾ ਬਹੁਤਾ ਯੋਗਦਾਨ ਪਾਇਆ ਹੋਵੇ, ਅਤੇ ਉਸ 'ਤੇ ਉਸ ਨੂੰ ਰੂਬਰੂ ਕਰਨਾ ਸਾਡਾ ਇੱਕ ਫਰਜ਼ ਹੈ। ਭਾਈ ਸਾਹਿਬ ਹੁਣੇ ਜਿਸ ਦਿਨ ਸਾਨੂੰ ਖਬਰ ਦਾ ਪਤਾ ਲੱਗਿਆ ਇਹਨਾਂ ਨੇ ਇੱਥੇ ਪਹੁੰਚਣਾ, ਉਸੇ ਦਿਨ ਹੀ ਅਸੀਂ ਭਾਈ ਅਮਰੀਕ ਸਿੰਘ ਹੁਣਾਂ ਨਾਲ ਜੋ ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਹਨ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਅੱਧਾ ਘੰਟਾ 40 ਮਿੰਟ ਜ਼ਰੂਰ ਦਿਓ, ਤਾਂ ਕਿ ਅਸੀਂ ਭਾਈ ਸਾਹਿਬ ਉਹਨਾਂ ਦੇ ਜੋ ਵਡਮੁੱਲੇ ਵਿਚਾਰ ਨੇ, ਜੋ ਇਹਨਾਂ ਆਪਣੀ ਜ਼ਿੰਦਗੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਨੂੰ ਉਹਨਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ, ਸੰਗਤਾਂ ਦੇ ਹਿਰਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਉਪਰਾਲਾ ਕੀਤਾ ਹੋਇਆ, ਉਹਨਾਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਕਰ ਸਕੀਏ। ਅਖੀਰ ਵਿੱਚ ਭਾਈ ਸਾਹਿਬ ਜੀ, ਤੁਸੀਂ ਦੋ ਅੱਖਰ ਸਿੱਖ ਸੰਗਤਾਂ ਨੂੰ ਅਖੀਰ ਦੇ ਵਿੱਚ ਕੀ ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਦੇਣਾ ਚਾਹੁੰਦੇ ਹੋ, ਅਤੇ ਸਿੱਖ ਚੈਨਲ ਜੋ ਵਿਦੇਸ਼ਾਂ ਵਿੱਚ ਬੈਠ ਕੇ ਹਿੰਦੁਸਤਾਨ ਦੀ ਧਰਤੀ ਤੋਂ ਦੂਰ ਬੈਠ ਕੇ ਸਿੱਖ ਕੌਮ ਦੀ ਉਸ ਫੁਲਵਾੜੀ ਨੂੰ, ਜੋ ਸੁਨੇਹਾ ਗੁਰੂ ਦਾ ਉਪਦੇਸ਼, ਗੁਰੂ ਦਾ ਸਿਧਾਂਤ, ਗੁਰੂ ਦੀ ਜੋ ਬਖਸ਼ਿਸ਼ ਹੈ ਉਹ ਘਰ ਘਰ ਪ੍ਰਚਾਰ ਹੈ, ਇਹਦੇ ਬਾਰੇ ਤੁਸੀਂ ਦੋ ਸ਼ਬਦ ਜ਼ਰੂਰ ਸੰਗਤ ਨਾਲ ਸਾਂਝੇ ਕਰੋ ਜੀ। ਗੁਰੂ ਨਾਨਕ ਸਾਹਿਬ ਦਾ ਸੱਚਾ ਉਪਦੇਸ਼ ਹੈ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ। ਇਹ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਉਪਦੇਸ਼ ਸੰਸਾਰ 'ਚ ਵੰਡੇ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਇਸ ਉਪਦੇਸ਼ਾਂ 'ਤੇ ਗੁਰੂ ਕਾ ਪਿਆਰਾ ਚੱਲੇ, ਕਦੀ ਕਮੀ ਨਹੀਂ ਰਹੇਗੀ। ਗੁਰੂ ਸਾਹਿਬ ਦਾ ਦਿੱਤਾ ਨਾਮ ਜਪੇ, ਧਰਮ ਦੀ ਕਿਰਤ ਕਰੇ, ਅਤੇ ਜੋ ਵਾਹਿਗੁਰੂ ਨੇ ਕਿਰਤ ਬਖਸ਼ੀ ਹੈ ਉਸ ਵਿੱਚੋਂ ਵੀ ਵੰਡ ਕੇ ਛਕੇ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਹਾ ਪਛਾਣੇ ਸੇ। ਸੱਚ ਦੇ ਮਾਰਗ 'ਤੇ ਚੱਲੇ, ਆਪਣੇ ਜੀਵਨ ਨੂੰ ਪਵਿੱਤਰ ਰੱਖੇ। ਜਿਸਦਾ ਜੀਵਨ ਪਵਿੱਤਰ ਹੋ ਜਾਏਗਾ ਸਾਸ ਗੁਰੂ ਦੀ ਕਿਰਪਾ ਦੇ ਨਾਲ, ਉਸਦਾ ਲੋਕ ਵੀ ਸੁਖੀ ਪਰਲੋਕ ਸਵੇਲਾ ਹੋਏਗਾ। ਸਿੱਖ ਚੈਨਲ ਨੇ ਇਹ ਜੋ ਸੋਹਣਾ ਉਪਰਾਲਾ ਕੀਤਾ, ਦੇਸਾਂ ਪ੍ਰਦੇਸਾਂ ਵਿੱਚ ਬੈਠੀਆਂ ਸੰਗਤਾਂ ਨੂੰ ਐਸੇ ਸਮਾਗਮ ਦਿਖਾ ਕੇ, ਐਸੇ ਪ੍ਰੋਗਰਾਮ ਰਿਕਾਰਡ ਕਰਕੇ ਸੰਗਤਾਂ ਤੱਕ ਪਹੁੰਚਾ ਰਹੀ ਹਨ। ਗੁਰੂ ਕਿਰਪਾ ਕਰੇ, ਇਸ ਚੈਨਲ ਨੂੰ ਸਤਿਗੁਰੂ ਜੀ ਚੜ੍ਹਦੀਆਂ ਕਲਾਂ ਬਖਸ਼ੇ, ਔਰ ਜਿਤਨੇ ਵੀ ਅਸੀਂ ਸੇਵਾਦਾਰ ਹਨ ਸਤਿਗੁਰੂ ਜੀ ਇਹਨਾਂ ਕੋਲੋਂ ਆਪਣੀ ਸੇਵਾ ਆਪ ਲੈਣ ਸਿਰ 'ਤੇ ਹੱਥ ਰੱਖ ਕੇ ਜੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਮੂਹ ਪ੍ਰਬੰਧਕ ਕਮੇਟੀ, ਸਮੂਹ ਸਾਧ ਸੰਗਤ, ਅਸੀਂ ਸਾਰੇ ਭਾਈ ਸਾਹਿਬ ਭਾਈ ਚਮਨਜੀਤ ਸਿੰਘ ਜੀ ਲਾਲ, ਜੋ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਸੰਗਤਾਂ ਨੂੰ ਕੀਰਤਨ ਦੇ ਨਾਲ, ਗੁਰੂ ਦੀ ਬਾਣੀ ਨਾਲ ਜੋੜਨ ਆਏ ਹਨ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਦੀ ਲੰਮੀ ਉਮਰ ਬਖਸ਼ੇ, ਤਾਂ ਕਿ ਇਹ ਗੁਰਬਾਣੀ ਦਾ ਜੋ ਪ੍ਰਸ਼ਾਦ ਹੈ, ਜੋ ਗੁਰਬਾਣੀ ਹੈ, ਘਰਾਂ ਦੇ ਵਿੱਚ ਜਾਂ ਗੁਰੂ ਘਰਾਂ ਵਿੱਚ ਵੰਡਦੇ ਰਹਿਣ। ਫਿਰ ਦੁਬਾਰਾ ਇਹਨਾਂ ਦਾ ਸਮੂਹ ਪ੍ਰਬੰਧਕ ਕਮੇਟੀ, ਸਮੂਹ ਸਾਧ ਸੰਗਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਾਸ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਘਰ ਸਤਸੰਗ ਐਸਨ ਦੇ ਸਤਸੰਗ ਐਸਨ ਦਰਬਾਰ ਨੂੰ ਇੱਥੇ ਪਹੁੰਚ ਕੇ
ਜੋ ਪ੍ਰੋਗਰਾਮ ਦੀ ਰਿਕਾਰਡਿੰਗ ਕਰਕੇ ਘਰ ਘਰ ਤੱਕ ਪਹੁੰਚਾ ਰਿਹਾ ਹੈ। ਅਤੇ ਦਾਸ ਭਾਈ ਸਾਹਿਬ ਭਾਈ ਚਮਨਜੀਤ ਸਿੰਘ ਲਾਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਬਹੁਤ ਕੀਮਤੀ ਸਮਾਂ ਕੱਢ ਕੇ ਜਰਮਨ ਦੇ ਵਿੱਚ ਇਸ ਗੁਰੂ ਘਰ ਨੂੰ ਇੰਨਾ ਸਤਿਕਾਰ ਬਖਸ਼ਿਆ, ਸੰਗਤਾਂ ਨੂੰ ਇੰਨਾ ਗੁਰਬਾਣੀ ਦਾ ਪਿਆਰ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦਾਸ ਏਸਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਿੱਖ ਚੈਨਲ ਕਾ ਬਹੁਤ ਬਹੁਤ ਧੰਨਵਾਦੀ ਹੈ। ਭਾਈ ਸਾਹਿਬ ਜੀ ਕੋ ਤੋ ਦਾਸ 1986 ਸੇ ਭਾਈ ਸਾਹਿਬ ਜੀ ਕਾ ਕੀਰਤਨ ਸੁਣ ਰਿਹਾ ਹੈ ਔਰ ਭਾਈ ਸਾਹਿਬ ਜੀ ਸੇ ਯਹੀ ਪ੍ਰਾਰਥਨਾ ਕਰਤੇ ਹੈ ਕਿ ਇਸੀ ਤਰ੍ਹਾਂ ਸੇ ਸੰਗਤ ਕੋ ਆਗੇ ਵੀ ਗੁਰੂ ਕੇ ਕੀਰਤਨ ਸੇ ਜੋੜੇ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆਪ ਜੀ ਦਾ ਦਿਲ ਦੀਆਂ ਡੁੰਘਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਰੁਝੇਵੇਂ ਭਰੇ ਸਮੇਂ ਵਿੱਚੋਂ ਸਾਨੂੰ ਨਿਮਾਣਿਆਂ ਜਿਹਾ ਨੂੰ ਸਮਾਂ ਦੇ ਕੇ ਮਾਣ ਬਖਸ਼ਿਆ। ਗੁਰੂ ਕਿਰਪਾ ਕਰੇ, ਜੋ ਉਪਦੇਸ਼ ਗੁਰੂ ਨੇ ਸਾਨੂੰ ਦਿੱਤਾ ਅਸੀਂ ਵੀ ਉਸ ਉਪਦੇਸ਼ ਦੇ ਧਾਰਨੀ ਹੋ ਸਕੀਏ। ਇੰਨੇ ਪ੍ਰੋਗਰਾਮ ਦੇ ਵਿੱਚ ਜੋ ਵੀ ਸਾਡੇ ਕੋਲੋਂ ਇਸ ਪ੍ਰੋਗਰਾਮ ਵਿੱਚ ਗਲਤੀਆਂ ਹੋ ਗਈਆਂ ਸਾਡੀ ਝੋਲੀ ਪਾਉਣੀਆਂ। ਅਰਦਾਸ ਕਰਨੀ ਕਿ ਗੁਰਸਿੱਖਾਂ ਦੀ ਜੋ ਧੂੜ ਹੈ ਉਹ ਸਾਨੂੰ ਮਿਲਦੀ ਰਹੇ। ਗੁਰੂ ਦੇ ਉਪਦੇਸ਼ ਨੂੰ ਅਸੀਂ ਸਿੱਖ ਚੈਨਲ ਦੇ ਜ਼ਰੀਏ ਸੰਗਤਾਂ ਦੇ ਦਰਵਾਜ਼ੇ ਤੱਕ, ਤੁਹਾਡੇ ਦਿਲਾਂ ਤੱਕ, ਤੁਹਾਡੇ ਦਿਮਾਗ ਤੱਕ, ਤੁਹਾਡੀਆਂ ਦੇਖਣ ਵਾਸਤੇ ਅੱਖਾਂ ਤੱਕ, ਕੰਨਾਂ ਤੱਕ ਪਹੁੰਚਾ ਸਕੀਏ। ਇਹ ਸਾਡੇ ਲਈ ਅਰਦਾਸ ਕਰੇ। ਜੁੜੇ ਰਹੋ ਸਿੱਖ ਚੈਨਲ ਦੇ ਨਾਲ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅਖੀਰ ਵਿੱਚ ਫਤਿਹ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।